ਜਜ਼ਾਰ ਵਰਗੇ, ਪਰਮੇ ਵਰਗੇ। ਪੁਆਇੰਟ ਅਜੇ ਚੱਲੇ ਹੀ ਆ। ਤੇਜਿੰਦਰ ਸ਼ਰਮਾ ਯੂਕੇ ਵੀ ਭਰਾ ਆਪਣਾ ਲਾਈਵ ਹੈ, ਵੈਲਕਮ ਜੀ ਤੇਜਿੰਦਰ ਸ਼ਰਮਾ ਯੂਕੇ ਜੀ। ਨੈੱਟ ਵੀਰੇ ਵਾਈਫਾਈ ਲਵਾਇਆ ਜੀ ਅਨੰਸ ਚੌਧਰੀ ਵੀਰੇ, ਦਿੱਲੀ ਦਾ ਮੈਚ ਅਗਲਾ ਆਇਆ ਬਾਈ ਰਵੀ ਭਾਦਰਗੜ੍ਹ ਕੇ ਸਾਹ, ਸਹਾਰਨਪੁਰ ਸਚਿਨ ਰਾਣੇ ਕੇ ਸਾਹ। ਮੈਕ ਬੰਦਾ ਨਹੀਂ, ਜ਼ਰੂਰ ਲਵਾਉਂਦੇ ਹਾਜ਼ਰੀ ਭਰਾ ਆਪਣਾ। ਤੇਜਿੰਦਰ ਸ਼ਰਮਾ ਯੂਕੇ ਵੀ ਲਾਈਵ ਹੈ, ਕਮੈਂਟਰੀ ਚੱਲਣ ਤੋਂ ਫਿਰ ਲਵਾਵਾਂਗੇ ਹਾਜ਼ਰੀ। ਤੇਜਿੰਦਰ ਵੀਰੇ ਵੇਟ ਜੀ, ਦਿੱਲੀ ਦਾ ਨੈਕਸਟ ਮੈਚ ਸੈਮੀ ਬਾਈ ਸੈਕਿੰਡ, ਦਿੱਲੀ ਮੈਂ ਐਕਸ ਬਾਈ ਨਵਾਹ ਮਹਿਲ ਖੁਰਦੁਆਰ ਬਰਿੰਦਰ ਚਾਂਗਲੀ ਖੇਲੇਗਾ ਬਾਈ, ਕੋਸਾ ਮੂਹਰੇ ਆਉਣਗੇ। ਮੈਨੂੰ ਐਂ ਦੇਖਾਂ ਵੀ ਦਿਸ ਹੀ ਸਹੀ ਜਾਂਦਾ, ਮੈਨੂੰ ਸਹੀ ਦਿਖੀ ਜਾਂਦਾ। ਕਹਿੰਦਾ ਦੇਖੀ ਮਾੜਾ ਨੈੱਟ ਚੱਲ ਪਿਆ, ਕਹਿੰਦਾ ਮੈਂ ਦੱਸ ਰਿਹਾ ਭਰਾ, ਕਹਿੰਦਾ ਹੁਣ ਚੱਲ ਪਿਆ ਨੈੱਟ, ਦੇਖੀ ਮਾੜਾ ਕਰੀ ਜਾ। ਨਾ ਨਾ ਕੋਈ ਪਤਾ ਹੀ ਨਹੀਂ ਬਾਈ, 12 ਵਜੇ ਤੋਂ ਬਾਅਦ ਚੱਲ ਪਿਆ ਹੋਵੇ, 12:19 ਹੋ ਗਏ, ਬੰਦ ਕਰਕੇ ਚਲਾ ਕੇ ਦੇਖ ਲਾਈਟ ਮੂਡ ਲਾ ਕੇ ਦੁਬਾਰੇ ਚਲਾ। ਨਹੀਂ ਚੱਲਿਆ ਵੀਰੇ, ਨਹੀਂ ਚੱਲਿਆ ਜੀ, ਤੁਹਾਨੂੰ ਭੁਲੇਖਾ, ਨੈੱਟ ਨਹੀਂ ਚੱਲਿਆ ਜੀ ਪੰਜਾਬ ਦਾ ਵੀਰੇ। ਰਾਮ ਰਾਮ ਬਾਈ ਜੀ, ਪ੍ਰਲਾਦ ਚੌਧਰੀ ਜੱਸੇ ਦੀ ਹਰ ਇੱਕ ਸਿੰਗਲ ਐਂਡ ਸਮੈਕ 1100 ਦੀ ਮੈਕ ਬੰਦ ਹੈ ਬੁੱਧ ਵੀਰੇ, ਸਾਊਂਡ ਬੰਦ ਹੋ ਗਿਆ ਜੀ, ਫਿਰ ਕਰਾਵਾਂਗੇ, 9 ਮਿੰਟ ਵੇਟ ਕਰੋ ਜੀ। ਬੁੱਧ ਸਿੰਘ ਬਾਜਵਾ ਕੈਨੇਡਾ ਜੀ, ਤੜਕੇ ਦੀਆਂ ਆਹੀ 3 ਪੋਸਟਾਂ ਹੋਈਆਂ, ਨਾ ਤਾਂ ਪੂਰੀ ਚੱਲਦੀ ਹੈ ਨਾ ਕੁਛ ਕੱਢਦੀ ਹੈ। ਫਲੈਟ ਮੂਡ ਕਰਕੇ ਚਲਾ ਲਿਆ, ਚਲਾ ਲਿਆ। ਇੱਧਰ ਦੇ ਬਾਈ ਨੂੰ ਇਹਦੇ ਵੱਧ ਲਿਆਓ ਭਰਾਵਾ, ਕਾਫੀ ਜੀ ਕੀ ਛੜਕੀ ਵੇ ਤੇਰੀ, ਸਾਰੇ ਜੀ ਆ ਹਿਲਦੇ ਹਿਲਦੇ ਹੋ ਜਾਂਦੇ ਆ। ਠੀਕ ਹੋ ਜਾਂਦੇ ਵੀਰੇ, ਮੈਂ ਪੀ ਗਿਆ ਪਿਆਰੇ ਸੁਣ ਲੈ ਵੀਰੇ। ਓਕੇ ਸਾਰੇ ਹੁੰਦੇ ਉੱਧਰ ਵੀ ਦੇਖ ਯਾਰ ਬੈਠੇ ਮੁੰਡੇ ਬਾਈ। ਕਹਿੰਦਾ ਦਰਸ਼ਕ ਕੌਣ ਸੇ ਹੈ, ਜੇ ਸਭ ਦਰਸ਼ਕ ਹੈ ਬਾਈ, ਜੇ ਦਰਸ਼ਕ ਹੈ ਉਹ ਪਿੱਛੇ ਬੈਠੇ, ਉਹ ਦਰਸ਼ਕ ਹੈ, ਜੇ ਦਰਸ਼ਕ ਹੈ ਬਾਈ, ਜੇ ਜੋ 12 ਖੇਲ ਰਹੇ ਹੈ ਪਲੇਅਰ ਹੈ, ਜੇ ਉਹ ਖੇਲ ਰਹੇ ਹੈ ਜੇ ਪਲੇਅਰ ਹੈ ਬਾਈ, ਬਾਕੀ ਸਾਰੇ ਦਰਸ਼ਕ ਹੈ ਜੋ ਸਾਹਮਣੇ ਬੈਠੇ ਹੈ। ਆਪ ਵਿਊਅਰ ਹੋ ਜੋ ਦੇਖ ਰਹੇ ਹੋ, ਆਪ ਵਿਊਅਰ ਹੋ ਬਾਈ ਜੋ ਦੇਖ ਰਹੇ ਹੋ, ਆਪ ਵੀ ਦਰਸ਼ਕ ਹੀ ਹੋ ਇੱਕ ਤਰ੍ਹਾਂ ਕੇ ਬਾਈ ਜੀ। ਸਹਾਰਨਪੁਰ ਕਾ ਅਗਲਾ ਮੈਚ ਹੈ ਬਾਈ ਦਿੱਲੀ ਦੌਲਤਪੁਰ ਕੇ ਸਾਥ, ਕੱਲੇ ਮਗਰ ਨੀ, ਤਿੰਨ ਜਾਣੇ ਤਾਂ ਇੱਥੇ ਖੜੇ, ਇੱਥੇ ਬੈਠੇ ਮੂਹਰੇ ਬੈਠੇ, ਤਿੰਨ ਜਾਣੇ ਇੱਥੇ ਬੈਠੇ, ਮੈਂ ਵਿਚਾਲੇ ਆਏ ਹੋਇਆ ਬੈਠਾ ਹਾਂ। ਚਲੋ ਕੋਈ ਨੀ ਫਿਰ, ਹਾਂ ਜਦੋਂ ਆਪਾਂ ਕਰਾਉਣਾ ਹੀ ਫਿਰ ਓਕੇ ਓਕੇ ਜੀ। ਕਰਨ ਮਲੇਸ਼ੀਆ ਜੀ, ਸਾਊਂਡ ਨਹੀਂ ਚੱਲਦਾ ਵੀਰੇ, ਕਰਾਵਾਂਗੇ 9 ਮਿੰਟਾਂ ਜੀ। ਪਹਿਲਾਂ ਵੀ ਇੱਕ ਦੋ ਸਕੀਮਾਂ ਆਈਆਂ ਭਰਾਵਾਂ ਦੀਆਂ, ਕੋਚ ਦੀਆਂ 3 ਸਿੰਗਲ ਹੈਂਡ ਬਾਲਾਂ ਪਤਾ ਲੱਗਣਾ ਚਾਹੀਦਾ ਭਰਾ। ਕਹਿੰਦਾ ਕੁਲਵਿੰਦਰ ਤੇ ਕਰਨ ਮਲੇਸ਼ੀਆ ਵੱਲੋਂ 2100 ਦਾ, ਨਵਾਬ ਹਾਂਜੀ ਹਾਂਜੀ, ਡਿਸਟ੍ਰਿਕਟ ਲੁਧਿਆਣਾ ਹੈ ਬਾਈ। ਕਿੰਨੇ ਹੋ ਗਏ ਪੁਆਇੰਟ ਜੱਸੇ, ਕਿੰਨੇ ਹੋ ਗਏ ਪੁਆਇੰਟ? 6-0 ਨਾਲ ਚੈਣੇਵਾਲ ਦੀ ਲੀਡ ਆ ਵੀਰੇ। ਹੋਰ ਲਿਆਉਂਦਾ ਯਾਰ।
ਸੈੱਟ ਹੋ ਗਈ ਆ ਨਾ ਦੀਪਕ ਨਹੀਂ ਹੈਗਾ ਨਾ ਇੱਧਰ ਇੱਧਰ ਲੈ ਮਗਰ ਛੋਟੂ ਆ ਨਾ ਇੱਧਰ ਲੈ ਸੱਚਾ ਰਾਣੇ ਦੇ ਮਗਰ ਦੂਜਾ ਠੀਕ ਆ ਠੀਕ ਆ ਠੀਕ ਆ ਉੱਥੋਂ ਹੀ ਕੱਟ ਕੇ ਜੋੜ ਲਾ ਦੋ 19 ਤਾਰ ਹੀ ਤਾਰਾਂ ਸ਼ਾਰਟ ਹੋ ਗਈਆਂ ਨਵੀਂ ਪਈਆਂ ਨੇ ਤਾਰ ਬਈ ਬਸ ਠੀਕ ਆ ਬਈ ਓਕੇ 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 ਜੀ ਜਲਦ ਕਮੈਂਟਰੀ ਚੱਲ ਪੈਣੀ ਆ ਵੀਰੇ 5-4 ਮਿੰਟ ਨੂੰ ਤਾਰਾਂ ਸ਼ਾਰਟ ਹੋ ਗਈਆਂ ਜੀ ਸ਼ੇਰੂ ਨਹੀਂ ਆਇਆ ਵੀਰੇ ਨਹੀਂ ਆਇਆ ਜੀ ਸੱਤਾ ਨਹੀਂ ਆਇਆ ਜੀ ਹਾਂਜੀ ਹਾਂਜੀ ਇਹ ਪਹਿਲਾ ਸੈਮੀ ਆ ਜੀ ਹੁੱਡਾ ਸਾਹਿਬ ਦਲਸ਼ਾਲ ਚੱਲ ਮੈਂ ਉੱਥੇ ਗੱਡੀ ਜੀ ਚੇਂਜ ਕਰਿਆ ਮੈਂ ਕਹਿੰਦਾ 100 ਰੁਪਿਆ ਲੱਗਦਾ ਪੀੜੀ ਆ ਬਾ ਮੈਂ ਜਾਇਆ ਕਵੰਜਾ ਸੌ ਰਵੀ ਦਾ ਅਗਲਾ ਮੈਚ ਹੈ ਵੀਰੇ ਨੈਕਸਟ ਸੈਮੀ ਇਹ ਪਹਿਲਾ ਸੈਮੀ ਆ ਜੀ ਛੋਟੂ ਮਾਜਰਾ ਆਇਆ ਵੀਰੇ ਬਿਲਕੁਲ ਆਇਆ ਜੀ ਬਿੱਲੂ ਚੌਧਰੀ ਬਹੁਤ ਬਹੁਤ ਧੰਨਵਾਦ ਜੀ ਦੂਜਾ ਸੈਮੀ ਵੀਰੇ ਦਿੱਲਾ ਦੌਲਤਪੁਰ ਬੇ ਧੰਨਵਾਦ ਮਹਿਲ ਖੁਰਦ ਅਤੇ ਦਾਸ ਖੇਡੂਗਾ ਬਈ ਦੂਜੇ ਪਾਸੇ ਟੀਮ ਯੂਪੀ ਸਹਾਰਨਪੁਰ ਦੀ ਉਹ ਰਵੀ ਬਹਾਦਰਗੜ੍ਹ ਅਤੇ ਛੋਟੂ ਮਾਜਰਾ ਖੇਡਣਗੇ ਬਈ ਓਏ ਰੈਸਰ ਵਾਲਾ ਜੱਸਾ ਤਗੜੀ ਬਾਲ ਮਾਰ ਗਿਆ ਬੜਾ ਟੂਰਨਾਮੈਂਟ ਹੋ ਰਿਹਾ ਬਾਈ ਕਹਿੰਦਾ 25 ਤਰੀਕ ਕੋ ਰਾਜਸਥਾਨ ਨਗੌਰ ਮੈਂ ਓਕੇ ਓਕੇ ਬਾਈ ਸਾਹਿਬ ਰਵੀ ਬਾਈ ਹਾਂਜੀ ਹਾਂਜੀ ਜੋਤ ਮਨਜੋਤ ਝੰਮੜ ਕਨੇਡਾ ਵੀਰੇ ਸੈਮੀ ਆ ਜੀ ਪਹਿਲਾ ਸੈਮੀ ਚੈਣੇਵਾਲ ਤੇ ਰਾਏਕੋਟ ਕਮਲ ਜੈਪੁਰ ਨਹੀਂ ਆਇਆ ਵੀਰੇ ਛੋਟੂ ਕਾ ਅਗਲਾ ਮੈਚ ਬਾਈ ਉਹ ਦੇਖ ਲਓ ਬਾਈ ਇੱਕ ਮਿੰਟ ਕੇ ਲੀਏ ਰਵੀ ਨਾਲ ਗੱਲ ਨਹੀਂ ਨਹੀਂ ਚੱਲਦਾ ਰਵੀ ਨਾਲ ਗੱਲ ਆ ਕੋਈ ਬੋਈ ਖੋਲੂ ਨੋਟੀਫਿਕੇਸ਼ਨ ਹੀ ਖੋਲੂ ਬੋਈ ਇੱਕ ਮਿੰਟ ਆ ਇੱਕ ਕਾਪੀ ਰਾਈਟ ਆਇਆ ਪਿਆ
कितने की भाई डिलीट वीडियो ये कॉपीराइट आया होता है कोई पहली पहला वीडियो पहला वीडियो पुराना टूर्नामेंट कल वाले परसों कब आया था वो पॉइंट करते हैं पता वीरे वेट माड़ा मैं बिजी हाँ वीरे वेट करो जी मिलते हैं हर्ष भाई हेलो लाइव किन्ने किन्ने पॉइंट हो गए भाई एक बार पॉइंट दस दो मेरा वीर पॉइंट ਇੱਥੇ ਜੇ ਖੜ ਗਏ ਸੱਤ ਇਦੋਂ ਬਾਅਦ ਥੱਲੇ ਹੋ ਥੋੜੀ ਥੱਲੇ ਹੋ ਨੋਟ ਗਿਆ ਵੱਡਾ ਜਿਹੜਾ ਫਰਕ ਪੈ ਚੁੱਕਾ ਜੀ ਸੱਤ ਨੰਬਰ ਦੇ ਅੰਦਰ ਮੈਂਡੀ ਸ਼ਰਮਾ ਕਲੱਬ ਚੈਨਿਆਂ ਦੀ ਟੀਮ ਦੇ ਹਾਰੇ ਦਰਲੇ ਪਾਸੇ ਦੇ ਖਾਤਾ ਜਿਹੜਾ ਨਹੀਂ ਖੋਲਿਆ ਪਹਿਲਾਂ ਸੈਂਡੀ ਖੇਡਿਆ ਜਾ ਰਿਹਾ ਹੈ ਵਾਕਈ ਬਹੁਤ ਸੋਹਣਾ ਮੈਚ ਪਹਿਲਾ ਸੈਮੀ ਆ ਗਿਆ ਸੁਖਦੀਪ ਸਿੰਘ ਮੋਟਾ ਕਹਿੰਦੇ ਗਲਤੀ ਕਰ ਗਿਆ ਖੇਡ ਮੈਦਾਨ ਦੇ ਵਿੱਚ ਬੜਾ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ ਭਾਈ ਜੀ ਕੁੱਟਿਆਂ ਦੀ ਜਾਤ ਹੋਣੀ ਹੈ ਕਰਦਾ ਜੋ ਗਾਲ ਸਕੀ ਭੈਣ ਨੂੰ ਜਿਹਨੇ ਪਿਓ ਦੀ ਦਾੜੀ ਨੂੰ ਹੱਥ ਪਾਲਿਆ ਦੱਸ ਗੱਡਾ ਖੜਾ ਹੋ ਜਿਹਨੂੰ ਕੁੱਤ ਕਹਿਣ ਨੂੰ ਟੌਮ ਸੌਂ ਗਲੀਆਂ ਤੇ ਬੜੇ ਫਿਰਦੇ ਯੱਪਣੇ ਨੇ ਮਾਂਕ ਦੇ ਸੰਦੇ ਸੁਣਿਆ ਮਾਵਾਂ ਦੀ ਜੋ ਸਬਦੀ ਵਿੱਚੋਂ ਮਿਲਦੀ ਦਲੇਰੀ ਦੁੱਧ ਕਿੱਥੇ ਫਿਰਦੇ ਸੋਹਣਿਆ ਆਓ ਸਾਹਮਣੇ ਕਦੇ ਰਾਏਕੋਟ ਦਾ ਜਿੰਦਰ ਟਰਾਈ ਕਰਦਾ ਪਹਿਲੇ ਨੰਬਰ ਦੀ ਭਾਲ ਦੇ ਵਿੱਚ ਆ ਮੁੰਡੇ ਪਹਿਲਾ ਨੰਬਰ ਹੁਣ ਕੌਣ ਜੋੜਦਾ ਹੈ बराबर किया अज सोना पर खेल कहने बड़ी बड़ी है मुंडे की इधर बइया मनदीप सिंह जमटी जमटी कहती दुनिया आ रहा है कोटिया मोटा कमाल कर गया है चंगे पहला नंबर मुंडे ने जोड़ दिता है उधरों रायकोट का गोपी के जिंदर और कोच जिहड़ा मर्जी खिलाड़ी इन्होंने बाल मार के नंबर जोड़ता टप्पा पवे वीर कहता है बची जर्मन वाला जिहड़ा तिना दे विच इधरों टप्पा पा गया उहदे लई 200 होवेगा उधरों रायसर का जस्सा ते बइया का जमटी है परले पासों जे उधरले पासों कोई खिलाड़ी ना दोनों चो टप्पा पाउंदा है ते उहनां दोनों दे विचों वड्डे मान प्यार जिहड़े वीर कहिंदे 200 नाल करांगे पहला जिहड़ा टप्पा पा गया ते रुपया 200 दित्ता जाणा है वड्डे मान प्यार होणगे कल्ले कल्ले खिलाड़ियां दे अपनी टीम के लिए कले की दिखा दे
ਇੰਨਾ ਤਾਂ ਕਿਸੇ ਦੇ ਤਿਲੀ ਹੈ ਨੀ ਤੋਲੀ ਐਵੇਂ ਲੱਗੇ ਚੱਟ ਜਿਵੇਂ ਲੱਗੇ ਰੋਲੀ ਵੇਖੀ ਤੇਰਾ ਪੀਤ ਕੱਲਾ ਹੀ ਨਿਬੇੜਦਾ ਮਸਲਾ ਜੋ ਜਿੱਤਦਾ ਤੇ ਪੈਂਦੀਆਂ ਦੇ ਨਾਲ ਵੱਡਾ ਪੇਚਾ ਪੈ ਗਿਆ ਦੇਖੂ ਕੌਣ ਜਿੱਤਦਾ ਉਹ ਪੈਂਦੀਆਂ ਦੇ ਨਾਲ ਤੇਰਾ ਪੇਚਾ ਪੈ ਗਿਆ ਆਓ ਦੇਖਾਂਗੇ ਹੁਣ ਕੌਣ ਜਿੱਤਦਾ ਗੱਲ ਸਮੇਂ ਦੀ ਹੈ ਇਤਨਾ ਕਿਨੇ ਸਕਦੇ ਰਹਿਣੀ ਹੈ ਕਿਵੇਂ ਸੀ ਦੱਸਿਓ ਕਰਨ ਵੀਰੇ ਹੁਣ ਚੱਲ ਪਿਆ ਮੈਕ ਜੀ ਹੁਣ ਦੱਸੋ ਵੀਰੇ ਹੁਣ ਦੱਸਿਓ ਮੜਾ ਕਿਵੇਂ ਸੀ ਸਕੀਮ ਕਰਨ ਵੀਰੇ ਜੇ ਬੁੱਧ ਸਿੰਘ ਵੀ ਆ ਭਰਾ ਆਪਣਾ ਉਹ ਵੀ ਦੱਸੇ ਮੜੀ ਜੀ ਕੀ ਸਕੀਮ ਸੀ ਵੀਰੇ ਮੈਂ ਭੁੱਲ ਗਿਆ ਜੀ ਹੁਣ ਮੈਕ ਚੱਲ ਚੁੱਕਿਆ ਦੱਸੋ ਜੀ ਦੁਬਾਰੇ ਸਕੀਮਾਂ ਬਈ ਮੀਰਪੁਰ ਕਹਿਣੇ ਆ ਲਾਡਿਆ ਲਈ ਗਲਤੀ ਕਰ ਗਿਆ ਖਿਡਾਰੀ ਤੇ ਪੁਆਇੰਟ ਜਿਹੜਾ ਦੂਜਾ ਜੁੜ ਗਿਆ ਜੁੱਤੀਆਂ ਲਾ ਕੇ ਚੋਬਰ ਨੇ ਸਾਈਡ ਤੇ ਕਰ ਦਿੱਤੀਆਂ ਨੇ ਜੁੱਤੀਆਂ ਦਾ ਕੀ ਹੈ ਜੀ ਜੁੱਤੀਆਂ ਪੈਰੀ ਦੀਆਂ ਹੋਣ ਭਾਵੇਂ ਯਾਰ ਦੀਆਂ ਜੁੱਤੀਆਂ ਉਹ ਗਰਮੀ ਸਰਦੀ ਤੋਂ ਪੈਰਾਂ ਨੂੰ ਬਚਾਉਂਦੀਆਂ ਤੇ ਕਈ ਮੀਲ ਸਫ਼ਰ ਗੁਜ਼ਾਰਦੀਆਂ ਜੁੱਤੀਆਂ ਲੁੱਚਾ ਲਫ਼ਾਕਾ ਜਦੋਂ ਕੋਈ ਕੁੜੀਆਂ ਨੂੰ ਛੇੜਦਾ ਤੇ ਕੁੜੀਆਂ ਝੱਟ ਤੇਰੇ ਪੈਰਾਂ ਚੋਂ ਉਤਾਰਦੀਆਂ ਜੁੱਤੀਆਂ ਫਿਰ ਖਾਣ ਵਾਲਾ ਜਾਣਦਾ ਜਾਂ ਮਾਰਨ ਵਾਲਾ ਜਾਣਦਾ ਚੰਗਾ ਮਾੜਾ ਕੁਝ ਵੀ ਵਿਚਾਰਦੀਆਂ ਜੁੱਤੀਆਂ ਲੀਡਰਾਂ ਨੂੰ ਜ਼ਿੰਦਗੀ ਵਿੱਚ ਕਦੇ ਕਦੇ ਪੈਂਦੀਆਂ ਤੇ ਲੋਕਾਂ ਸਿਰ ਸਦਾ ਸਰਕਾਰ ਦੀਆਂ ਜੁੱਤੀਆਂ ਮੰਦਰ ਮਸਜਿਦ ਗੁਰਦੁਆਰੇ ਚੋਂ ਸਦਾ ਬਾਹਰ ਲੱਗ ਕੇ ਜਾਂਦੇ ਆ ਤੇ ਸਿਰ ਚੱਕੀ ਫਿਰਦੇ ਹੰਕਾਰ ਦੀਆਂ ਜੁੱਤੀਆਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇ ਟੂਰੋਂ ਬੋਲੇ ਵੀ ਮੰਗਦੇ ਨੇ ਬਾਹਰ ਦੀਆਂ ਜੁੱਤੀਆਂ ਨਾ ਦਿਸਣ ਨਾ ਸੁਣਦਾ ਖੜਾਕ ਭਾਈ ਇਹਨਾਂ ਦਾ ਵੱਜਦੀਆਂ ਜਦੋਂ ਪਰਵਰਤਕਾਰ ਦੀਆਂ ਜੁੱਤੀਆਂ ਤੇ ਸਹੁ ਰੱਬ ਦੀ ਮੈਨੂੰ ਅੱਜ ਵੀ ਨੇ ਬੜੀਆਂ ਕੇਤੇ ਆਉਂਦੀਆਂ ਜੋ ਬੇਬੇ ਬਾਪੂ ਮਾਰੀਆਂ ਪਿਆਰ ਦੀਆਂ ਜੁੱਤੀਆਂ ਜੋ ਬੇਬੇ ਬਾਪੂ ਮਾਰੀਆਂ ਉਹ ਪਿਆਰ ਦੀਆਂ ਜੁੱਤੀਆਂ ਇੱਧਰ ਕਹਿੰਦੇ ਮੁੰਡਾ ਫਿੱਟ ਹੋ ਕੇ ਗਰਾਊਂਡ ਦੇ ਵਿੱਚ ਆ ਗਿਆ ਰਾਏਗੋੜ ਦਾ ਗੋਪੀ ਜਿੰਦਰ ਨਾਲ ਚੋਧਪੁਰੀਆ ਮੁੰਡਾ ਕਹਿੰਦੇ ਹਰਿਆਣੇ ਵਾਲਾ ਮੇਰੇ ਮਿੱਤਰੋ ਕਮਾਲ ਤੇ ਕਰਦਾ ਜ਼ੋਰ ਲੱਗਿਆ ਹੋਇਆ ਸਾਰੇ ਬਾਈ ਕਿਹੜੀ ਗੱਲ ਚੱਲ ਰਹੀ ਹੈ ਜੀ ਉਹ ਸਾਹਮਣੇ ਜ਼ੋਰ ਲੱਗਿਆ ਹੋਇਆ ਪਰ ਮੋਟੇ ਨੇ ਫਿਰ ਕਮਾਲ ਸਰਤੀ ਦੁਨੀਆ ਤਿਆਰ ਕਰਤੀ ਹੈ ਮਲੇਸ਼ੀਆ ਵਾਲਾ ਉਹਨਾਂ ਦੇ ਵੱਲੋਂ ਜੋਧਪੁਰੀਆ ਕੋਚ ਜੇ ਤਿੰਨ ਸਮੈਸ਼ਾਂ ਮਾਰਦਾ ਤੇ 11 ਸੌ ਦਿੱਤਾ ਜਾਵੇਗਾ ਕਰਦੇ ਕੁਲਵਿੰਦਰ ਮਲੇਸ਼ੀਆ ਇਹਨਾਂ ਵੀਰਾਂ ਦੇ ਵੱਲੋਂ ਹੋਣੇ ਮਾਨ ਪਿਆਰ ਜਿਹੜੇ ਜੋਧਪੁਰੀਏ ਕੋਚ ਨੂੰ 1100 ਦੇ ਨਾਲ ਦਿੱਤੇ ਜਾਣਗੇ ਇਹ ਰੁਪਈਏ ਵਾਲਾ ਜੁੰਡੀ ਆ ਪਾਲਾ ਗੋਪੀ ਤੇਰੇ ਦੇ ਲਾਉਂਦੋ ਫਿਰਦਾ ਉਹ ਤਕੜਾ ਹੋ ਜਾ ਸੈਂਟਰ 'ਚ ਜਿੰਦਰ ਖੜਾ ਫਿਰ ਕਹਿੰਦੇ ਮੁੰਡੇ ਦੀ ਵੱਡੀ ਆ ਜੋਧਪੁਰੀਏ ਕੋਚ ਦੇ ਵੀ ਚਰਚੇ ਸੱਤ ਸਮੁੰਦਰੋਂ ਪਾਰ ਹੁੰਦੇ ਆ ਪਰ ਰਾਏ ਸਰ ਮੇਰੇ ਹਿਸਾਬ ਨਾਲ 3-7 ਹੋ ਗਏ ਵੀਰੇ 4-7 ਹੋ ਗਏ ਹਰ ਕੰਬਦੀ ਆ ਬੜਾ ਕਹਿੰਦੇ ਸਪੀਡੀ ਮਾਲਾ ਖੇਡ ਬਾਲੀ ਵਾਲਾ ਬੜਾ ਖੌਫ ਹੈ ਵਾਲੀਬਾਲ ਦੀ ਦੁਨੀਆ ਦੇ ਵਿੱਚ ਰਹਿ ਸਕੀਏ ਜੱਸੇ ਦਾ ਬੜਾ ਖੌਫ ਹੈ ਦੁਨੀਆ ਕਹਿੰਦੇ ਤੋਪ ਕਹਿੰਦੇ ਵਾਲੀਬਾਲ ਦੀ ਇਹ ਵੀ ਗੱਲ ਵੱਡੀ ਹੈ ਖਤਾਲ ਕਹਿੰਦੇ ਵੱਡੇ ਮਿਲੇ ਹੋਏ ਨੇ ਮੁੰਡੇ ਨੂੰ ਪੁਆਇੰਟ 3-7 ਜਾਂ 4-7 ਆ ਵੀਰੇ ਮੈਦਾਨ ਦੇ ਵਿੱਚ ਟੱਕਰ ਜਾਂ ਧਾਰ ਹੈ ਮੁੰਡੇ ਡਰਾਈ ਕੋਡੀਏ ਕਿਹੜੀ ਬ੍ਰੇਸ ਦੇ ਵੱਡੇ ਖਿਡਾਰੀ ਹੈ ਇੱਕ ਵੱਡੀ ਟੀਮ ਕਹਿੰਦੇ ਖੇਡ ਰਹੀ ਹੈ ਨਾ ਉਹ ਰਾਈ ਕੋਡੀਆਂ ਗੋਪੀ ਖੇਡ ਮਾਨ ਦੇ ਵਿੱਚ ਸੋਹਣੀਆਂ ਡਾਈਆਂ ਕਰ ਰਹੇ ਆ ਗੱਭਰੂ ਬੜਾ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਖਾਦੇ ਇੱਕ ਬਦਾਮ ਜਿਹਨੇ ਮੰਗਲਾ ਉਸੇ ਨੇ ਹੀ ਗੋਡੀਆਂ ਲਵਾਉਣੀਆਂ ਕਹਿੰਦੇ ਆ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ ਆਓ ਖਾਧੀਆਂ ਖੁਰਾਕਾਂ ਦੀ ਗੱਲ ਮਾਰੀਆਂ ਮਿਹਨਤਾਂ ਦੀ ਗੱਲ ਲੈ ਵੀ ਬਾਈ ਯਾਰ ਸੈਮੀ ਮੈਚ ਦੀ ਸ਼ੁਰੂਆਤ
ਜੇ ਵਧੀਆ ਲੱਗੀ ਜਾਵੇ ਮੇਰੇ ਵੀਰ ਬਣ ਕੇ ਇੱਕ ਵਾਰੀ ਤਾੜੀ ਮਾਰਦੇ ਆ ਜੋਰ ਨਾਲ ਦੋਨੋਂ ਟੀਮਾਂ ਦੇ ਲਈ ਹੈ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ ਦੋਨੋਂ ਟੀਮਾਂ ਦੀ ਕਹਿੰਦੇ ਮੇਰੇ ਮਿੱਤਰੋ ਜਦੋਂ ਜਦੋਂ ਟੱਕਰ ਹੋਈ ਹੈ ਤੇ ਰਿਕਾਰਡ ਬਣਿਆ ਰਿਕਾਰਡ ਟੁੱਟੇ ਆ ਆਓ ਗੋਪੀ ਟਰਾਈ ਕਰਦਾ ਖੇਡਦੇ ਮੈਦਾਨ ਚ ਬਿਨਾਂ ਖੇਡ ਇਸ਼ਕ ਦੀ ਬਾਜ਼ੀ ਕਦੇ ਹਾਰ ਕੇ ਖਿਡਾਰੀ ਜਿੱਤ ਵੀ ਜਾਂਦੇ ਨੇ ਆਓ ਖਿਡਾਰੀ ਮਰ ਵੀ ਜਾਂਦੇ ਖਿਡਾਰੀ ਜਿੱਤ ਵੀ ਜਾਂਦੇ ਹੈ ਪਹਿਲਾਂ ਮਰਨਾ ਪੈਂਦਾ ਹੈ ਇਹ ਕਿਤੇ ਜਾਂਦੀ ਕਹਿੰਦੇ ਜਿੱਤ ਨਸੀਬ ਹੁੰਦੀ ਹੈ ਜਿੱਤ ਹਰ ਇੱਕ ਦੇ ਗੋਹੇ ਆਉਂਦੀ ਹੈ ਚਾਰ ਸੱਤ ਹੋ ਗਏ ਵੀਰੇ ਚਾਰ ਸੱਤ ਜੀ ਉੰਨੀਆਂ ਦਾ ਮੈਚ ਉੰਨੀਆਂ ਦਾ ਵੀਰੇ ਜਿੱਤ ਹਰ ਇੱਕ ਦੇ ਗੋਹੇ ਆਉਂਦੀ ਹੈ ਦੱਸੇ ਕਿੰਨੇ ਹੋ ਗਏ ਛੇ ਸੱਤ ਵਾਹ ਬਈ ਵਾਹ ਛੇ ਤੇ ਸੱਤ ਹੋ ਗਏ ਹੈ ਹੁਣ ਤੇ ਕਹਿੰਦੇ ਆਸਟ੍ਰੇਲੀਆ ਦਾ ਵੀ ਪੱਪਾ ਭਾਰ ਹੋ ਕੇ ਬਹਿ ਗਿਆ ਵੀ ਆ ਐ ਭੜਾਕੇ ਬੰਦੇ ਆ ਤਰੀਕਾਂ ਬਦਲ ਜਾਂਦੀਆਂ ਫੇਰ ਕਿਹੜਾ ਸਾਈਕਲ ਹੋਇਆ ਕਰਨ ਵੀਰੇ ਸਾਹਮਣੇ ਬਰਾਬਰ ਹੋ ਗਏ ਛੇ ਸੱਤ ਹੀ ਹੈ ਰਿਜਲ ਹੈ ਸਾਈਕਲ ਬਿਲਕੁਲ ਕਿੰਨੇ ਛੇ ਸੱਤ ਇੱਕ ਦੋ ਛੇ ਸੱਤ ਸਕੋਰ ਹੋ ਗਏ ਵੀਰੇ ਛੇ ਸੱਤ ਜੀ ਛੇ ਰੈਕੋਰਡ ਸੱਤ ਰੋਡ ਪਾ ਲਈਆਂ ਰੈਕੋਰਡ ਤੋਂ ਰੇਂਜਰ ਸਾਈਕਲ ਬੋਲ ਰਿਹਾ ਇਹ ਕਿਹੜਾ ਸਾਈਕਲ ਲਿਖਦਾ ਬਾਈ ਗੱਡੀਆਂ ਸਿੱਧੇ ਰੋਡ ਪਾ ਰੇਂਜਰ ਲੈ ਸਾਈਕਲ ਰੇਂਜਰ ਸਾਈਕਲ ਲਿਖਿਆ ਉਹ ਪੁਰਾਣੇ ਮੇਰੇ ਹਾਂ ਤੇ ਗੱਲ ਕਿਹੜੇ ਕਿਹੜੇ ਲੱਗ ਜਾਂਦੇ ਜੇ ਕੋਚ ਮੈਚ ਤਾਂ ਬੰਦੇ ਕਿੰਨੀ ਨੱਪੀ ਕਰੇ ਹੁੰਦੇ ਆ ਜੇ ਕੋਚ ਮੈਚ ਤਾਂ ਟੋਪ ਕਹਿੰਦੀ ਦੁਨੀਆ ਪਰ ਹਲੇ ਖੜਕਾ ਤੜਕਾ ਨਹੀਂ ਸੁਣਿਆ ਜਾਂਦਾ ਖੜਕਾ ਤੜਕਾ ਕਰਨਾ ਪੈਣਾ ਹੈ ਹੋਰ ਨਾਂ ਦੀ ਉਧਰ ਕਰਨ ਮਲੇਸ਼ੀਆ ਦੇ ਕੁਲਵਿੰਦਰ ਮਲੇਸ਼ੀਆ ਦੇ ਵੱਲੋਂ ਜੇ ਕੋਚ ਆ ਮੈਚ ਜਿੱਤ ਗਿਆ ਤੇ 30 ਮਾਰਚ ਨੂੰ ਲਾਗਿਆ ਵਾਲੇ ਟੂਰਨਾਮੈਂਟ ਦੇ ਉਹ ਭਰਾ ਕਹਿੰਦੇ ਰੇਂਜਰ ਸਾਈਕਲ ਨਾਲ ਮਾਰ ਕਰਾਂਗੇ ਆਪਾਂ ਮੁੰਡੇ ਦਾ ਰੇਂਜਰ ਸਾਈਕਲ ਦਿੱਤਾ ਜਾਵੇਗਾ ਕੋਚ ਨੂੰ ਆਹ ਮੁੰਡਾ ਕੋਚ ਹੈ ਜੋਧਪੁਰੀਆ ਹਰਿਆਣੇ ਦੇ ਵਿੱਚੋਂ ਆਇਆ ਔਰ ਉਧਰ ਮਨਵੀਰ USA ਵੱਲੋਂ ਭਰਾ ਸਾਡੇ ਦੇ ਵੱਲੋਂ ਪਹਿਲਾਂ ਟਰਾਈ ਕੀਤਾ ਜਾਣਾ ਜਿਹੜੇ ਇਸੇ ਟੂਰਨਾਮੈਂਟ ਦਾ ਤੇ ਨਾਲ ਪੱਕੀ ਆ ਸਾਡਾ ਬਈ ਜਰਮਨ ਵਾਲਾ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਹੈ ਵੱਡਾ ਮੈਚ ਫਿਰ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਟੱਕਰ ਕਹਿੰਦੇ ਬੜੀ ਜਾਨਦਾਰ ਹੈ ਮਤਲਬ ਟੀਮਾਂ ਬੜੀਆਂ ਮੰਨੀਆਂ ਪਰਵਾਨੀਆਂ ਟੀਮਾਂ ਹੈ ਉਹ ਮੈਚ ਤੇ ਪੌੜਾ ਤਕੜਾ ਹੈ ਜਸਿਆ ਤੋਂ ਕਹਿੰਦੀ ਆ ਦੁਨੀਆ ਯੋੜੋ ਮੁੰਡਿਆਂ ਨੰਬਰ ਕੋਈ ਸੰਤ ਰਾਮ ਦਾਸੀ ਦਾ ਪਿੰਡ ਹੈ ਮਗਦਾ ਰਹਿੰਦੇ ਸੂਰਜਾਂ ਕਮੀਆਂ ਦੇ ਵਿਹੜੇ ਆਓ ਧਰਤੀ ਨਾਲ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਆ ਰਾਜਸਥਾਨ ਦਾ ਜੱਸਾ ਦਿੱਲੀ ਦਾ ਮੈਚ ਅਗਲਾ ਹੈ ਵੀਰੇ ਜੋਟੀ ਜਿੰਨੇ ਵੀ ਨੰਬਰ ਜੋੜਨਗੇ ਇੱਧਰ ਗੁਰੀ ਸਾਡਾ ਵੀਰ ਤੇ ਨਾਲ ਹੈਪੀ ਮੁਕੱਦਮਰ ਵਾਲਾ ਭਰਾ ਸਾਡੇ ਪਹੁੰਚੇ ਹੋਏ ਆ ਕਹਿੰਦੇ ਉਹਨੂੰ 100 ਦੇਵਾਂਗੇ ਆਪਾਂ ਇਹਨਾਂ ਮੁੰਡਿਆਂ ਦੇ ਲਈ ਵੱਡੇ ਜਿਹੜੇ ਮਾਣ ਤੇ ਪਿਆਰ ਉਹ ਦਿੱਤੇ ਜਾਣਗੇ ਮੇਰੇ ਮਿੱਤਰੋ ਰਾਮ ਦੀ ਗੱਲ ਹੋਈ ਹੈ ਆਓ ਕਦੇ ਕਹਿੰਦੇ ਮੁੰਡੇ ਦੀਆਂ ਗੱਲਾਂ ਹੁੰਦੀਆਂ ਸੰਦੀਪ ਵਰਗੀਆਂ ਦੀਆਂ ਇਹ ਕਹਿਣੇ ਵਾਲੀ ਹੈ ਬਾਬਾ ਪਰ ਕੋ ਜੋਧਪੁਰੀਆ ਬੜਾ ਤਕਨੀਕੀ ਖਿਡਾਰੀ ਖੇਡ ਮੈਦਾਨ ਦੇ ਵਿੱਚ ਕਮਾਲ ਕਰਦਾ ਕੇ ਬਾਅਦ ਹੋਗਾ ਬਾਈ ਦੱਸ ਕੇ ਬਾਅਦ ਜੀ ਮੁੰਡੇ ਨੇ ਜੋੜ ਦਿੱਤਾ ਦਾਵੀ ਉਧਰ ਲਾਲਾ ਯੂਕੇ ਜੀ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਨੇ ਉਹਨਾਂ ਵੱਲੋਂ ਤੀਜਾ ਤੇ ਚੌਥਾ ਪ੍ਰਾਈਜ਼ ਹੈ 51 ਸੌ ਰੁਪਇਆ ਤੀਜਾ ਤੇ ਚੌਥਾ ਪ੍ਰਾਈਜ਼ ਹੈ ਇਸੀ ਗਰਾਊਂਡ ਪੇ ਬਈ ਅਗਲਾ ਨੈਕਸਟ ਸੈਮੀ ਹੈ ਬਈ ਉਹਨਾਂ ਦੇ ਵੱਲੋਂ ਦਿੱਤਾ ਜਾਣਾ ਹੈ ਇਧਰਲੇ ਪਾਸੇ ਹੈ ਆਓ ਚੋਬਰ ਕਹਿੰਦੇ ਸ਼ੇਰੂ ਨਹੀਂ ਆਇਆ ਵੀਰੇ ਨਹੀਂ ਆਇਆ ਜੀ ਹੌਲੀ ਹੌਲੀ ਕਰਕੇ ਮੁੰਡੇ ਆ ਜਿਹੜੇ ਨੇੜੇ ਤੇੜੇ ਲੱਗਦੇ ਜਾਂਦੇ ਆ ਵੀ ਹੁਣ ਮਨਸੂਬੇ ਦੇਖ ਤੇ ਬੰਦਾ ਕੀ ਨਹੀਂ ਕਰ ਸਕਦਾ ਉਹ ਕਾਕੋ ਵਾਲੀਆਂ ਬੂਦ ਬੂਦ ਨਾਲ ਸਾਗਰ ਭਰ ਸਕਦਾ ਤੇ ਉਸ ਡਾਢੇ ਦੇ ਲੜਨ ਲੱਗ ਕੇ ਪੇੜੀ ਧਰਦੀ ਹੁੰਦੀ ਆ ਫਿਰ ਤੁਣਕਾ ਤੁਣਕਾ ਕਰਕੇ ਗੁੱਡੀ ਆਉਂਦੀ ਚੰਨੀ ਬਾਈ ਕੀ ਹਾਲ ਆ ਚੰਨੀ ਖੇਡਾ ਬਾਈ ਜੀ ਮਸਲਾ ਹਿੰਡ ਦਾ ਬਣ ਗਿਆ
ਸਵਾਗਤ ਆ ਜੀ ਤੁਹਾਡੇ ਆਪਣੇ ਪਿੰਡ ਦੇ ਨਾਨਕਿਆਂ ਦੇ ਟੂਰਨਾਮੈਂਟ ਦੇ ਸਵਾਗਤ ਆ ਜੀ ਯੂਨਸੇ ਵਾਲਾ ਉਹਦਾ ਨਾਨਕਾ ਪਿੰਡਾ ਕਟਾਰੀ ਜਿੱਥੇ ਅੱਜ ਰੌਣਕਾਂ ਲੱਗੀਆਂ ਹੋਈਆਂ ਆਹ ਕਹਿੰਦੇ ਚੰਨੀ ਬਾਈ ਦੇ ਅੱਜ ਨਾਨਕੇ ਪਿੰਡ 'ਚ ਰੌਣਕਾਂ ਵੱਡੀਆਂ ਲੱਗੀਆਂ ਹੋਈਆਂ ਖੇੜੇ ਵਾਲਾ ਯਾਰ ਸਾਡਾ ਵੱਸਦਾ ਯੂਨਸੇ ਦੇ ਵਿੱਚ ਉਹ ਭਰਾ ਵੀ ਅੱਜ ਉਸ ਵੱਡੇ ਕੱਪ ਦੇ ਨਾਲ ਜਿਹੜਾ ਜੁੜਿਆ ਹੋਇਆ ਬਹੁਤ ਬਹੁਤ ਸਵਾਗਤ ਆ ਜੀ ਤੁਹਾਡੇ ਆਪਣੇ ਨਾਨਕੇ ਪਿੰਡ ਦੇ ਟੂਰਨਾਮੈਂਟ ਤੇ ਜੀ ਚੰਨੀ ਬਾਈ ਤਾਰੇ ਬਾਈ ਪੂਨੀਆਂ ਦਾ ਵੱਡਾ ਬਾਈ ਤੈਨੂੰ ਚੇਤੇ ਕਰਦਾ ਸੋਹਣਿਆਂ ਦੀ ਨਾ ਬਨਰਾਜ ਬੱਲੀ ਕਨੇਡਾ ਭਾਈ ਪੂਨੀਆਂ ਵਾਲਾ ਵੀ ਵੱਡੀਆਂ ਮੁਬਾਰਕਾਂ ਭੇਜਦਾ ਔਰ ਚੰਗਾ ਵਾਲੀ ਵਾਲੇ ਜਿਹੜੇ ਪੰਜਾਬ ਰਹਿ ਕੇ ਨਜ਼ਾਰੇ ਦੇਖ ਲਏ ਉਹਦੀ ਗੱਲਬਾਤ ਵੱਖਰੀ ਆ ਔਰ ਕਹਿੰਦੇ ਅੱਜ ਕੱਲ੍ਹ ਹੁਣ ਭਰਾ ਸਾਡਾ ਫੇਰ ਲੰਗ ਦੇ ਨਾਲ ਜੁੜਿਆ ਹੈ ਵੱਡਾ ਮੈਂ ਧੰਨਵਾਦ ਕਰਾਂਗਾ ਵੱਡਾ ਧੰਨਵਾਦ ਹੈ ਚੰਨੀ ਖੇੜਾ ਜੁੜੇ ਚੰਨੀ ਤੇ ਜਗਪਾਲ ਦੀ ਜੋੜੀ ਜਿਹੜੇ ਵੱਡੇ ਪ੍ਰਮੋਟਰਾਂ ਦੇ ਵਿੱਚ ਨਾਮ ਹੈ ਮੁੰਡਿਆਂ ਦਾ ਚੰਨੀ ਵੀ ਜੁੜਿਆ ਹੋਇਆ ਖੇੜੇ ਵਾਲਾ ਵਾਹਿਗੁਰੂ ਬਾਬਾ ਨਾਨਕ ਮਿਹਰ ਰੱਖੇ ਤੇ ਖੇੜੇ ਦੀਆਂ ਖੇਡਾਂ ਵੀ ਜਲਦੀ ਦੱਸਾਂਗੇ ਖੇੜੇ ਦੇ ਵਿੱਚ ਵੀ ਵੱਡਾ ਮੁਕਾਬਲਾ ਵੱਡਾ ਮੇਲਾ ਹੋਣਾ ਔਰ ਉਧਰ ਜਗਰਾਜ ਕਨੇਡਾ ਦੇ ਵੱਲੋਂ ਜੇ ਟੀਮ ਜਿੱਤ ਗਈ ਹੈ ਰਾਏਕੋਟ ਦੀ ਤੇ ਵੱਡੇ ਮਾਨ ਸਨਮਾਨ ਜਿਹੜੇ ਦਿੱਤੇ ਜਾਣਗੇ 1100 500 ਜਗਰਾਜ ਕਨੇਡਾ ਸਾਡਾ ਵੀਰ ਕਹਿੰਦਾ ਵੀ ਜੇ ਰਾਏਕੋਟ ਦੀ ਟੀਮ ਜਿੱਤ ਗਈ ਹੈ ਤੇ 500 ਦੇਵਾਂਗੇ ਠੀਕ ਆ ਗੁਰਮੀਤ ਗੁੱਜਰ ਬਾਈ ਰਾਏਕੋਟ ਦੀ ਟੀਮ ਜਲੀ ਹੈ ਬਾਲ ਲੱਗਦੀ ਦੇਖਣੀ ਹੈ ਕਿਆ ਮੇਰੇ ਪੇ ਅੱਜ ਤੋਂ ਜ਼ਿਆਦਾ ਲਗਾਏਗਾ ਮੈਂ ਸੈਂਟਰ ਪੇ ਹੋਊਗਾ ਬਾਈ ਅਗਰ ਮੈਂ ਡਿਫੈਂਸ ਪੇ ਹੋ ਤਾਂ ਦੋ ਨਾਮ ਵਾਲ ਖਾਤਾ ਰਵੀ ਅੱਜ ਤੋਂ ਜ਼ਿਆਦਾ ਲਗਾ ਜਾਏਗਾ ਬਾਈ ਬਾਕੀ ਜਲਦੀ ਨਹੀਂ ਖਾਊਗਾ ਮੈਂ ਹੱਥ ਪੇ ਬੋਲ ਦੀ ਗਰੰਟੀ ਹੈ ਪਰ ਅੱਜ ਪੀਟੇਗਾ ਬਹੁਤ ਰਵੀ ਚੰਨੀ ਬਾਈ ਪ੍ਰਾਈਜ਼ ਅੱਜ 31,000 ਆ ਫਸਟ ਜੀ ਬੈਸਟਾਂ ਨੂੰ 51-5100 ਬਾਈ 31-21 ਤੇ 51-5100 ਵੀਰੇ ਚਾਰ ਪ੍ਰਾਈਜ਼ ਆ ਜੀ ਚੰਨੀ ਬਾਈ ਇਹ ਪਹਿਲਾ ਸੈਮੀ ਆ ਜੀ ਰੈਕੋਟ ਤੇ ਚੈਣਿਆ ਦੂਜਾ ਸੈਮੀ ਹੋਣਾ ਜੀ ਦਿੱਲਾ ਦੌਲਤਪੁਰ ਹਰਿਆਣੇ ਦੀ ਟੀਮ ਆ ਨਾਲ ਯੂਪੀ ਸਹਾਰਨਪੁਰ ਵੀਰੇ ਨਦੀਮ ਸਿਕੰਦਰਪੁਰ ਨੀ ਆਇਆ ਵੀਰੇ ਅੰਕਿਤ ਨਹੀਂ ਆਇਆ ਵੀਰੇ ਹਾਂਜੀ 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 ਦਿੱਲੀ ਨਾਲ ਖੇਡਣਾ ਵੀਰੇ ਪੋਣੀ ਵਾਲਾ ਪੱਲੀ ਭਰਾ ਵੀ ਕਨੇਡਾ ਤੋਂ ਲਹਿਰ ਜਿਹੜਿਆ ਹੋਇਆ ਹੈ ਲਓ ਵੱਡਾ ਮੈਚ ਖੇਡ ਮੈਦਾਨ ਦੇ ਵਿੱਚ ਟੱਕਰ ਹੋਗੀ ਸੇਰਾਂ ਦੀ ਖੜਕੇ ਪੇਖੇ ਕੁੱਲ ਜਵਾਨਾ ਆਓ ਕੰਪੋ ਜੋ ਜਿੱਤਣਗੇ ਜਿੰਨਾਂ ਦੇ ਹਾਂਜੀ ਹਾਂਜੀ ਵੱਡਾ ਬਾਈ ਤੇਜਿੰਦਰ ਯੂਕੇ ਵੀ ਲਾਈਵ ਹੈ ਤੇਜਿੰਦਰ ਬਾਈ ਚੰਗਲੀ ਵਾਲਾ ਮੈਚ ਰਵੀ ਬਹਾਦਰਗੜ੍ਹ ਨਾਲ ਆ ਬਾਈ ਵੱਡਾ ਖਿਡਾਰੀ ਬਣ ਗਿਆ ਮੇਨ ਤਾਂ ਜੋਬਰ ਦੀ ਹੈ ਉਧਰ ਕਟਾਰੀ ਵਾਲਾ ਵੀਰ ਸਾਡਾ ਕਰਨ ਕਹਿੰਦਾ ਵੀ ਮਾਨ ਸਨਮਾਨ ਆਪਾਂ ਰੂਪਾਂ ਦਾ 1100 ਦੀ ਨਗਦ ਰਾਸ਼ੀ ਨਾਲ ਕਰਨਾ ਹੈ ਵੀ ਸਾਡੇ ਪਿੰਡਾਂ ਦਾ ਇੱਕ ਵਧੀਆ ਖਿਡਾਰੀ ਬਣ ਕੇ ਉੱਠਿਆ ਹੈ ਰੂਪਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਨ ਕਟਾਰੀ ਦੇ ਵੱਲੋਂ 1100 ਦੀ ਨਗਦ ਦੇ ਨਗਦ ਰਾਸ਼ੀ ਦੇ ਨਾਲ ਮਾਣ ਕੀਤਾ ਜਾਣਾ ਹੈ ਗੱਲ ਸੱਚੀ ਸੱਚਿਆਂ ਦੀ ਦੱਬ ਕੇ ਪਾਈਏ ਰੱਜ ਕੇ ਖਾਈਏ ਆਓ ਥੋੜਾ ਖਾ ਪੀ ਖਰਚ ਲਈਏ ਬਾਕੀ ਦਾਨ ਪੁੰਨ ਤੇ ਲਾਈਏ ਬੇ ਸ਼ੁਕਰੇ ਨਾ ਹੋਈਏ ਕਿਸੇ ਦੀ ਯਾਰ ਵਾਰ ਨਾ ਕਰੀਏ ਰੋਟੀ ਹੱਕ ਦੀ ਖਾਈਏ ਵੀ ਭਾਵੇਂ ਫੂਡ ਪਾਰਸ਼ਾ ਕਰੀਏ ਸੈਂਟਰ ਪੇ ਖਿਲਾਏਗੇ ਬਾਈ ਸੈਂਟਰ ਪੇ ਜੀ ਜਿਹੜੀ ਵੀ ਜਿੱਤ ਗਈ ਇੱਧਰ ਤੇ 500 ਦਿੱਤਾ ਜਾਵੇਗਾ ਵੱਡੇ ਮਾਨ ਜਿਹੜੇ ਨਰਿੰਦਰ ਪਾਲ ਸਰਪੰਚ ਦੀ ਵੱਲੋਂ ਜੇਤੂ ਟੀਮ ਦੇ ਲਈ 500 ਰੁਪਏ ਦੇ ਹੋਣਗੇ ਤਾਰੇ ਬਾਈ ਕਰੀ ਗੱਲ ਮੇਰੇ ਆਹ ਸਰਪੰਚ ਸਾਹਿਬ ਨੇ ਉਹਦੇ ਲਈ 500 ਦਾ ਨੋਟ ਆ ਗਿਆ ਹੈ ਸਰਪੰਚ ਵੀ ਦੁਨੀਆ ਤੋਂ ਮਾਨਦਾਰ ਬੰਦੇ ਨੂੰ ਬਣਾਉਂਦੀ ਹੈ ਜਿਹਤੇ ਸਾਰਾ ਪਿੰਡ ਵਿਸ਼ਵਾਸ ਕਰਦਾ ਹੈ ਸਰਪੰਚ ਵੀ ਬਹੁਤ ਵੱਡੀ ਚੀਜ਼ ਦਾ ਨਾਮ ਹੈ ਸਰਪੰਚ ਬਣੀ ਕਹਿੰਦੇ 500 ਦਾ ਨੋਟ ਆ ਗਿਆ ਹੈ ਆਓ ਗੱਲਾਂ ਪੱਖਰੀਆਂ ਖੇਡ ਮੈਦਾਨ ਦੇ ਵਿੱਚ ਉਧਰ ਸਿਆਰ ਦੇ ਟੂਰਨਾਮੈਂਟ ਦੇ ਗੋਪੀ ਦਾ ਸਨਮਾਨ ਵਿਸ਼ੇਸ਼ਤਰ ਦੇ ਕੀਤਾ ਜਾ ਰਿਹਾ 6 ਫੁੱਟੇ ਕੱਪ ਦੇ ਨਾਲ ਜੇ ਮੁੰਡੇ ਮੈਚ ਜਿੱਤਿਆ ਵੀ ਗੋਪੀ ਦਾ ਸਨਮਾਨ 6 ਫੁੱਟੇ ਕੱਪ ਨਾਲ ਕੀਤਾ ਜਾਣਾ ਉਧਰ ਤੇਜਿੰਦਰ ਸ਼ਰਮਾ ਸਾਡਾ ਵੀਰਾ ਯੂਕੇ ਵਾਲਾ ਵਿਰਦਰ ਦਾ ਵੱਡਾ ਭਰਾ ਵੀ ਲਾਈਨ ਤੇ ਆ ਗਿਆ ਹੈ ਉਹ ਵੀਰ ਦਾ ਵੀ ਮੈਂ ਦੇ ਤਹਿਤ ਨੂੰ ਧੰਨਵਾਦ ਕਰਦਾ ਤੇਜਿੰਦਰ ਸ਼ਰਮਾ ਯੂਕੇ ਵਾਲਾ ਮੁੰਡਾ ਪੰਡਦਾ ਵਾ ਤੇ ਦਿਲ ਕਹਿੰਦੇ ਟੋਕਰੇ ਜਿੱਦਾਂ ਦਿਲ ਖੋੜ ਕੇ ਮਾਨ ਸਨਮਾਨ ਕਰਦਾ ਖਿਡਾਰੀਆਂ ਦੇ ਪਰ ਆ ਮੈਚ ਕਹਿੰਦੇ ਚੋਟੀ ਦਾ ਬਣਿਆ ਪਿਆ ਦੋਨੋਂ ਟੀਮਾਂ ਦੀ ਹੁਣ ਜਾਨ ਤੇ ਬਣੀ ਪਈ ਆ ਆਹ ਮੈਚ ਜਿੱਤਣ ਦੇ ਲਈ ਆਹ ਮੁੰਡਿਆਂ ਦਾ ਕਹਿੰਦੇ ਜ਼ੋਰ ਤੇ ਲੱਗਿਆ ਹੋਇਆ ਵੀ ਮਾਰੀਏ ਨਾ ਸਕੋਰ ਹਰਪ੍ਰੀਤ ਬਾਈ ਸਕੋਰ ਜੀ ਸਾਈਡਾਂ ਤੇ
ਕੋਚ ਟੁੱਟੀ ਆ ਜਿੱਪ ਜੀਤੀ ਆ ਜਾ ਕੇ ਪਰਜਾ ਦੇ ਚੱਪੀਏ ਨਾ ਚਿੰਗਮਾ ਕਿ ਸਭ ਨੇ ਹੀ ਜਾਣਾ ਸ਼ਮਸ਼ਾਨ ਤੇ ਔਰ ਜ਼ਿੰਦਗੀ ਚ ਕਦੇ ਵੀ ਨਹੀਂ ਡਿੱਗਦਾ ਜਿਹੜਾ ਬੰਦਾ ਖੜ ਕੇ ਜ਼ਬਾਨ ਤੇ ਜ਼ਿੰਦਗੀ ਚ ਕਦੇ ਵੀ ਨਹੀਂ ਡਿੱਗਦਾ ਜਿਹੜਾ ਬੰਦਾ ਖੜ ਕੇ ਜ਼ਬਾਨ ਤੇ ਸਰਬਾਨੀ ਵਾਲੇ ਔਰ ਕਿੰਨੇ ਕਿੰਨੇ ਪੈਂਦਾ ਦੱਸ ਸੋਨਾ ਵੀਰਾ ਤੇਰੀਆਂ ਫੋਟੋਆਂ ਬੜੀਆਂ ਸੋਹਣੀਆਂ ਸੋਹਣੀਆਂ ਵਰਿੰਦਰ ਦੇ ਕੋਲ ਕਿਹੜਾ ਉਹ ਗੱਡੀ ਚ ਤੂੰ ਆ ਗਿਆ ਨਾ ਤੇ ਤੇਰੇ ਸੋਨਾ ਵੀਰਾ ਬਾਹਰ ਦੇ ਪ੍ਰਬੰਧ ਗਏ ਦੱਸ ਨੰਬਰ ਕਿੰਨੇ ਕਿੰਨੇ ਛੇ ਅੱਠ ਫੌਜੀ ਦੇ ਬਾਨੇ ਵੀ ਚਾਹੀਦੇ ਹੈ ਛੇ ਅੱਠ ਸਕੋਰ ਆ ਜੀ ਛੇ ਅੱਠ ਵੀਰੇ ਬੜਾ ਪਿਆਰ ਛੇ ਰੈਕੋਟ ਅੱਠ ਚੜਿਆ ਮੁਕਾਬਲਾ ਫਿਰ ਮੈਦਾਨ ਦੇ ਵਿੱਚ ਪਹਿਲਾਂ ਰੈਕੋਟੀਏ ਮੁੰਡੇ ਬਹੁਤ ਫਰਕ ਛੇ ਅੱਠ ਵੀਰੇ ਛੇ ਅੱਠ ਜੀ ਕਨੇਡਾ ਜੀ ਬਾਈ ਜੈਕਸਨ ਕਨੇਡਾ ਵੀ ਲਾਈਵ ਤੇਰੇ ਸੋਹਣਾ ਵੀਰਾ ਉਧਰਲੇ ਪਾਸੇ ਭਰਾ ਸਾਡਾ ਸਰਦਾਰ ਕਹਿੰਦਾ ਵੀ ਆ ਜਾ ਲਾਂਭਾ ਕਿਸੇ ਦਾ ਆਪਾਂ ਖੱਟਣਾ ਕੋਈ ਨੀ ਹੈ ਨਾਲ ਦੀ ਨਾਲ ਹੀ ਵੀਰ ਸਾਡੇ ਦਿਲਾਂ ਦੀਆਂ ਪੂਰੀਆਂ ਕਰੀ ਆਉਂਦੇ ਗੁਰੀ ਸਿਵੜੇ ਨੂੰ 500 ਦਿੱਤਾ ਜਾਵੇਗਾ ਕਰਨਵੀਰ ਵੱਲੋਂ ਬਹੁਤ ਵੱਡਾ ਧੰਨਵਾਦ ਓਕੇ ਰਿਪੋਰਟਰ ਜੀ ਬਾਜੀ ਜਰਮਨ ਵੱਲੋਂ ਔਰ ਤੀਜਾ ਨੇ ਚੌਥਾ ਲਾਲਾ ਸਾਡਾ ਵੀਰ ਯੂਕੇ ਵਾਲਾ ਉਹਨਾਂ ਦੇ ਵੱਲੋਂ ਦਿੱਤਾ ਜਾਣਾ ਹੈ ਇੱਧਰ ਗੁਰੀ ਤੇ ਨਾਲ ਹੈਪੀ ਮੁਕੰਦਪੁਰ ਵਾਲੇ ਵੀਰ ਕਹਿੰਦੇ ਵੀ ਜੱਸਾਂ ਦੇ ਜੰਡੀ ਹੈ ਬਾਲਾ ਮਾਰ ਕੇ ਜਿੰਦੀਆਂ ਬਣਨਾ ਹੈ ਜੋੜਨਗੇ ਤੇ ਉਹਨੇ ਜਿਹੜੇ 100-100 ਦਿੱਤੇ ਜਾਣਗੇ ਨਾ ਮੁੰਡਿਆਂ ਦੇ ਲਈ ਮੈਚ ਤੇ ਕਹਿੰਦੇ ਸਵੇਰ ਦਾ ਖੇਡਿਆ ਜਾ ਰਿਹਾ ਜੇ ਦਾ ਟੱਪਣਾ ਹੁੰਦੀ ਆ ਨਿਸ਼ਾਨੀ ਵੀਰੇ ਹਾਰਦੀ ਹੈ ਔਰ ਕਦੇ ਨਾ ਗੰਦਾ ਸਾਜਾ ਨੂੰ ਬਖਸ਼ੇ ਤੇ ਕਦੇ ਵੀ ਕਲੇਰੀਆ ਰੋ ਬੰਦੇ ਮਾਰਦੀ ਹੈ ਹੱਥ ਨੂੰ ਵੀ ਪੈਂਦਾ ਯਾਰ ਉਹ ਘੁੱਟਣਾ ਜੇ ਟੁੱਟ ਕੇ ਚੜ੍ਹਾਉਣਾ ਹੋਵੇ ਕਰੇ ਨੂੰ ਤੇ ਬੈਠਿਆਂ ਨੂੰ ਦੁਨੀਆਂ ਨੀ ਪੂਜਦੀ ਹੈ ਇੱਥੇ ਮਿਲਦੀ ਸਲਾਮੀ ਹੈ ਹੁਣ ਬੰਦੇ ਖੜੇ ਨੂੰ ਕਹਿ ਵੀ ਜੱਸੇ ਕਿੰਨੇ ਨੇ ਉਹ ਬੀਆਂ ਦੇ ਵੱਲੋਂ ਜਿਹੜਾ 8 ਅਪ੍ਰੈਲ ਨੂੰ ਕੈਨੇਡਾ ਚ ਟੂਰਨਾਮੈਂਟ ਕਰਨਾ ਵਰਿੰਦਰ ਵੱਡੇ ਨੇ ਮਾਨ ਤਿਆਰ ਹੋਣਗੇ ਰਾਇਆ ਦਵਾ ਦੇ ਗੱਲ ਕੀ ਆ ਬਈ ਬਹੁਤ ਸੋਹਣਾ ਮੈਚ ਬਰਾਬਰੀ ਦੇ ਨੰਬਰ ਆ ਗਏ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਹਾਓ ਟਿਕਟਾਂ ਦੋ ਲੈਣੀ ਇਧਰ ਤ੍ਰਿੰਦਰਪਾਲ ਸਰਪੰਚ ਜੀ ਤੇ ਨਾਲ ਕੁਲਦੀਪ ਠੇਕੇਦਾਰ ਜੀ 2000 ਦਾ ਜਿਹੜਾ ਨੋਟ ਉਹ ਪਹੁੰਚਦਾ ਕਰਤਾ ਵੀਰਾਂ ਨੇ ਦੋਨਾਂ ਭਰਾਵਾਂ ਦੇ ਵੱਲੋਂ 1-1 1000 ਦਿੱਤਾ ਜਾਵੇਗਾ ਜੇਤੂ ਟੀਮ ਦੇ ਲਈ ਕਿਤੇ ਵੱਡੇ ਮਾਣ ਵਾਲੀ ਗੱਲ ਹੈ
ਨਰਿੰਦਰ ਪਾਲ ਸਰਪੰਚ ਜੀ ਸਾਡੇ ਔਰ ਨਾਲ ਬਾਈ ਸਾਡਾ ਟੋਲੀ ਬਠੇਕੇਦਾਰ ਉਹਨਾਂ ਵੀਰਾਂ ਦੇ ਵੱਲੋਂ ਜੇਤੂ ਟੀਮ ਦੇ ਲਈ 1,000 ਉਹ ਬੱਲੇ ਠੀਕ ਆ ਜੈਕਸਨ ਫੇਰ ਤਾਂ ਓਕੇ ਆ ਰਿਪੋਰਟ ਬਰਾਬਰੀ ਤੇ ਆ ਗਿਆ ਵੀ ਅੱਜ ਟੱਕਰ ਇਹਦੇ ਹਾਨੀਆਂ ਨੂੰ ਹਾਨ ਮਿੱਤਰੋ ਪੈਣਗੇ ਪਟਾਕੇ ਪੂਰੇ ਫਿਰ ਤਾਂ ਜੈਕਸਨ ਕੈਨੇਡਾ ਬਈ ਤੇ ਰਾਜਾ ਖੇਲਾ ਲਿਖੇ ਗੱਲ ਲੱਖ ਲੱਖ ਦੀ ਤੇ ਧੁੱਪ ਪੈ ਗਈ ਔਰ ਧੁੱਪ ਪੈ ਗਈ ਕਟਾਰੀ ਦੇ ਵੱਡੇ ਕੱਪ ਦੀ ਧੁੱਪ ਪੈ ਗਈ ਧੁੱਪ ਤੇ ਪਈ ਹੋਈ ਹੈ ਆਓ ਧੁੱਪ ਤੇ ਪਈ ਹੋਈ ਹੈ ਕਟਾਰੀ ਪਿੰਡ ਕਿਸੇ ਜਾਣ ਪਛਾਣ ਦੇ ਮੱਥਾ ਜੀ ਆਓ ਬੰਦਾ ਕੋਚ ਹੈ 9-8 ਨੰਬਰ ਹੋ ਗਏ ਫਜੀਆ ਵੇਖਣ ਯੋਗ ਹੈ ਮੁੰਡੇ ਦਾ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ ਰਹਿ ਕੋਟੀਏ ਕਹਿੰਦੇ ਲੀਡ ਬਣਾ ਕੇ 1 ਨੰਬਰ ਦੀ ਕਿਹੜੀ ਟੀਮ ਸਾਡਾ ਚੇਂਜ ਕਰਦੀ ਹੈ ਇਹ ਸਮੇਂ ਦੀਆਂ ਗੱਲਾਂ ਹੁਣ ਚਿੰਦਰ ਦਸਵਾਂ ਵੀ ਜੋੜ ਗਿਆ ਰਵੀ ਦਾ ਅਗਲਾ ਸੈਮੀ ਆ ਵੀਰੇ ਦਿੱਲੇ ਦੌਲਤਪੁਰ ਨਾਲ ਜੀ ਹੁਣ ਤੱਕ ਦੇ ਮੈਚ ਦਾ ਮਾੜਾ ਮੋਟਾ ਸਵਾਦ ਆਇਆ ਬਾਈ ਤੇ ਤਾਰੀ ਜੋਰ ਲੈ ਲੈ ਸਾਫ ਦਾ ਪੇਜ ਮੈਂ ਲਾਈ ਪਾਣੀ ਮੇਰਾ ਵੀਰ ਬਣ ਕੇ ਜ਼ਰੂਰ ਜਿਹੜੇ ਵੀਰ ਦੀ ਡਿਊਟੀ ਲੰਘੀ ਆ ਪਾਣੀ ਪਹੁੰਚਦਾ ਕਰ ਦੋ ਜੀ ਪਾਣੀ ਜ਼ਰੂਰ ਪਹੁੰਚਦਾ ਕਰ ਦੋ ਮੇਰੀ ਬੇਨਤੀ ਹੈ ਜੀ ਉੱਧਰ ਰਣਜੀਤ ਤੇ ਪ੍ਰਗਟ ਬਾਈ ਹੈ ਸਾਡਾ 500 ਰੁਪਏ ਉਹਨਾਂ ਵੀਰਾਂ ਵੱਲੋਂ ਆ ਗਿਆ ਹੈ ਜੇਤੂ ਟੀਮ ਦੇ ਲਈ ਪਹਿਲਾਂ ਸੋਨੋ ਟੈਂਟ ਵਾਲੇ ਤੇ ਰਣਜੀਤ ਵੱਲੋਂ 500 ਆਇਆ ਹੈ ਹੁਣ ਪ੍ਰਗਟ ਤੇ ਰਣਜੀਤ ਵੱਲੋਂ 1,000 ਹੋ ਗਿਆ ਹੈ ਇਹਦੀ ਟੀਮ ਜੇਤੂ ਰਹਿੰਦੀ ਆ ਮੈਚ ਦੇ ਵਿੱਚ ਤੇ ਵੱਡੇ ਰਣਜੀਤ ਵਰਗੇ ਵੱਡੇ ਮਾਂ ਕਰ ਰਹੇ ਹੈ ਮਾਂ ਕਰਨੇ ਵੀ ਚਾਹੀਦੇ ਹੈ ਹੋਰ ਮੇਲਾ ਕਹਿੰਦੇ ਪਿੰਡ ਚੱਲਦਾ ਹੈ ਆ ਜੋਧਪੁਰੀਆ ਕੋਚ ਹੈ ਬਾਲ ਕਹਿੰਦੇ ਸਪੈਜਾਂ ਨਾਲ ਲਾਦੀ ਆ ਮੁੰਡੇ ਨੇ ਬੜਾ ਵੱਡਾ ਮੈਚ ਪਰ ਬਈ ਵਾਲੀ ਆ ਜੰਮੀ ਸਾਡੇ ਬਹੁਤ ਹੀ ਸਤਿਕਾਰ ਕੁਲਦੀਪ ਠੇਕੇਦਾਰ ਦੀ ਤੇ ਨਰਿੰਦਰਪਾਲ ਸਰਪੰਚ ਜੀ ਵੱਲੋਂ 1,000 ਰੁਪਇਆ ਹੋਰ ਜਿਹੜਾ ਭੇਜਦਾ ਭੇਜਦਾ ਵੀਰਾਂ ਨੇ ਰੁਪਇਆ 3,000 ਕਰ ਦਿੱਤਾ ਜਿਹੜੀ ਟੀਮ ਜਿੱਤੇਗੀ ਉਹਦੇ ਲਈ ਵੱਡੇ ਮਾਨ ਪਿਆਰ ਜਿਹੜੇ ਦਿੱਤੇ ਜਾਣਗੇ 3,000 ਰੁਪਇਆ ਜਿਹੜਾ ਜੇਤੂ ਟੀਮ ਦੇ ਲਈ ਹੋਣਾ ਹੈ ਲਓ ਸਾਹਮਣੇ ਸਨਮਾਨ ਵੀ ਕੀਤੇ ਜਾਣਗੇ ਮਾਨ ਸਨਮਾਨ ਵੀ ਇਹਨਾਂ ਭਰਾਵਾਂ ਨੂੰ ਜਿਹੜੇ ਬਣਦੇ ਆ ਆਹ ਦਿੱਤੇ ਜਾਣੇ ਆ ਚੋਟੀ ਦਾ ਮੈਚ ਹੈ 8-10 ਦੀ ਟੱਕਰ ਆ ਇੱਧਰ ਰਾਜਸਰ ਦਾ ਜੱਸਾ ਸੈਂਟਰ ਦੇ ਵਿੱਚ ਹੈ ਬਈਆ ਦਾ ਜੰਪੀ ਆ ਕੈਨੇ ਵਾਲੀ ਆ ਸੁਖਦੀਪ ਖੇਡ ਰਿਹਾ ਮੇਰੇ ਮਿੱਤਰੋ ਕੈਨੇਆ ਦੀ ਟੀਮ ਦਾ ਵੀ ਮੇਰੇ ਮਿੱਤਰੋ ਬੜਾ ਵੱਡਾ ਬੋਲ ਬਣਦਾ ਇਹਨਾਂ ਦਿਨਾਂ ਦੇ ਵਿੱਚ ਠੀਕ ਹੈ ਵੱਡੇ ਬਾਈ ਫੇਰ ਬੁਲਾ ਦਿਓ ਮੈਂ ਦਰਸ਼ਾਦ ਨੂੰ ਕਹਿ ਦੂ ਧਿਆਨ ਰੱਖੂਗਾ ਉਹ ਕੋਈ ਚੱਕਰ ਨੀ ਵੀਰੇ ਦੱਸ ਤੂੰ
ਕੀ ਜਾਣੇਗਾ ਅੱਜ ਤੇ ਕਹਿੰਦੇ ਸਿੱਕ ਦੇ ਦੀਵੇ ਲੱਗੇ ਤੁਸੀਂ ਕਹਿਤਾ ਸੰਗ ਲੋ ਆ ਕੇ ਕੋਈ ਚੱਕਰ ਨਹੀਂ ਦੇਂਦਰ ਬਾਈ ਚੱਕਰ ਬੜੀ ਪੱਤੀ ਹੈ ਉਧਰ ਪਰਗ ਤੇ ਰਣਜੀਤ ਬਣੀਆਂ 500 ਦਾ ਨੋਟ ਆ ਗਿਆ ਜੇਤੂਣੀ ਦੇ ਲਈ ਤੇ ਨਾਲ ਸੋਨੂ ਤੇ ਰਣਜੀਤ ਉਹਨਾਂ ਭਰਾਵਾਂ ਵੱਡੇ ਹੋਏ 500 ਦਾ ਨੋਟ ਆਇਆ ਜਿਹੜੀ ਜਿੱਤ ਗਈ ਹਾਂ ਜਿੱਤਣਾ ਕਿਹਨੇ ਇਹ ਹੁਣ ਸਮੇਂ ਦੀਆਂ ਗੱਲਾਂ ਹੈ ਇਹ ਬਾਬੇ ਨਾਨਕ ਨੂੰ ਪਤਾ ਹੈ ਹਰ ਦਮ ਜਿੱਤਣ ਜਿੱਤਣ ਕਰਦਾ ਹੈ ਸ਼ੇਰੂ ਨਹੀਂ ਆਇਆ ਵੀਰੇ ਰਵੀ ਦਾ ਅਗਲਾ ਮੈਚ ਆ ਜੀ ਜਿੱਤਣ ਦਾ ਮੁੱਲ ਕੌਡੀ ਪੈਂਦਾ ਹਾਰਨ ਦਾ ਮੁੱਲ ਹੀਰਾ ਉਧਰ ਤਜਿੰਦਰ ਸ਼ਰਮਾ ਚੰਗਲੀ ਪਿੰਡ ਦੇ ਬਰਿੰਦਰ ਦਾ ਵੱਡਾ ਵੀਰ ਕਹਿੰਦਾ ਵੀ ਜੇ ਅਜੇ ਚਾਂਗਲੀ ਪਿੰਡ ਦਾ ਬਰਿੰਦਰ ਫਾਈਨਲ ਖੇਡੇ ਆ ਤੇ 2100 ਦੇਵਾਂਗੇ ਜੇ ਅੱਜ ਫਾਈਨਲ ਖੇਡਦਾ ਤੇ ਅੱਜ ਕਹਿੰਦੇ ਦਾਤਪੁਰੀਏ ਦਿੱਲੇ ਨਾਲ ਖੇਡਦਾ ਔਰ ਦੂਜੇ ਪਾਸੇ ਬਹਾਦਰਗੜੀਆ ਡੀਗਦਾ ਔਰ ਕਹਿੰਦਾ ਅੱਜ ਵਾਧੇ ਘਾਟੇ ਪੂਰੇ ਕਰਨੇ ਆ ਜ਼ਰੂਰ ਇਧਰਲੇ ਪਾਸੇ ਇਸ ਵਾਰ ਕੋਈ ਗੱਲ ਨੀ ਟਰਾਈ ਬਹੁਤ ਵਧੀਆ ਸੀ ਯਾਰ ਕੋਈ ਚੰਗਾ ਕਿਵੇਂ ਆ ਸਕੋਰ 8 ਦਾ ਸੀ ਗਣੇਸ਼ ਜੀ ਦੱਸੋ ਕਿੰਨੇ ਕਿੰਨੇ ਨੰਬਰ ਹੈ ਸਕੋਰ ਜੀ ਸਕੋਰ 10-8 ਚੇਂਜ ਹੀ ਆ ਜੀ ਬਸ ਹੋਰ ਰੱਖ ਲਾ ਇੱਥੇ ਪਾਣੀ 10-8 ਦੀ ਟੱਕਰ ਲਓ ਮੁੰਡੇ 11ਵੇਂ ਦੀ ਭਾਲ ਦੇ ਵਿੱਚ ਹੈ ਹੁਣ 11ਵਾਂ ਕਿਹੜੇ ਖਿਡਾਰੀ ਨੇ ਜੋੜਦੇ ਨੇ ਗੱਲ ਸਮੇਂ ਦੀ ਹੈ ਖੇਡ ਮੈਦਾਨ ਦੇ ਵਿੱਚ ਵੱਡਾ ਮੈਚ ਹੈ ਬਈ ਵਾਲੀ ਹੈ ਜੰਪੀ ਵੀ ਐਨ ਜ਼ੋਰ ਮਾਰ ਰਹੀ ਹੈ ਜ਼ੋਰ ਬਸਰ ਮੰਦਾ ਆਪਣੀ ਕਹਾਣੀ ਰੱਖ ਜਾਂਦਾ ਹੈ ਜ਼ੋਰ ਤੇ ਜਵਾਨੀ ਹੁੰਦੇ ਉਮਰਾਂ ਦੇ ਖੇਲ ਬਈ ਇਹਦੇ ਵਿੱਚ ਹੁੰਦਾ ਯਾਰ ਸਾਨਾ ਵਾਲਾ ਭੇੜ ਬਈ ਜ਼ੋਰ ਤੇ ਜਵਾਨੀ ਹੁੰਦੇ ਉਮਰਾਂ ਦੇ ਖੇਲ ਬਈ ਜ਼ੋਰ ਤੇ ਜਵਾਨੀ ਦੀ ਗੱਲ ਹੈ ਖੇਡ ਮੈਦਾਨ ਦੇ ਵਿੱਚ ਮੈਚ ਬਾਹਲਾ ਤਕੜਾ ਹੈ ਹੋਰ ਬੱਲੇ ਬੱਲੇ ਕੋਚ ਜ਼ੋਰਪੁਰੀਆ ਨਿੱਟ ਤੇ ਮੋਟਾ ਹੈ ਨਾ ਬੜਾ ਪਿਆਰਾ ਮੁੰਡੇ ਦਾ ਮੋਟਾ ਮੋਟਾ ਕਹਿੰਦੀ ਦੁਨੀਆ 3 ਨੰਬਰ ਦੀ ਕਿੱਟ ਪਾਈ ਹੋਈ ਹੈ ਮੁੰਡੇ ਦੇ ਕੋਈ ਕਿਹੜੇ ਨੰਬਰ ਨੂੰ ਲੱਗੀ ਮੰਨਦਾ ਹੈ ਕੋਈ ਕਿਹੜੇ ਨੰਬਰ ਨੂੰ ਲੱਗੀ ਮੰਨਦਾ ਹੈ ਉਧਰ ਕਹਿੰਦੇ ਧੌਲ ਬਾਜ ਜਿਹੜਾ ਗੁਰੀ ਹੈ ਇਹਨੂੰ ਵੀ ਦੁਨੀਆ ਦਹਿਸ ਦਾ ਦੂਜਾ ਨਾਮ ਕਹਿੰਦੀ ਹੈ ਤੇ ਕਹਿੰਦੇ ਜੇ ਅੱਜ ਜਿੱਤ ਗਿਆ ਜਿੰਦਰ ਰਹਿ ਕੋਟੀਆ ਤੇ ਗੁਰੀ ਕਹਿੰਦਾ ਵੀ 500 ਨੈਣੇ ਵਾਲੀ ਆਪਣੇ ਮੰਨੀ ਮੁੰਡੇ ਦਾ ਮਾਣ ਕਰ ਦਿਆਂਗੇ ਲੈ ਵੀ ਰਹਿ ਕੋਟੀਆ ਦੁਨੀਆ ਮਾਣ ਕਰਦੀ ਹੈ ਦੁਨੀਆ ਪਿਆਰ ਕਰਦੀ ਤੇਰੀ ਖੇਡ ਨੂੰ ਇੱਧਰ ਕਹਿੰਦੇ ਧੌਲ ਮਾਜਰੇ ਵਾਲਾ ਬੈਠਾ ਹੈ ਇਹਦੀ ਦਹਿਸ਼ਤ ਬੜੀ ਹੈ ਮੈਦਾਨਾਂ ਦੇ ਵਿੱਚ ਉਹ ਗੱਲਾਂ ਪੱਖਰੀਆਂ ਗੱਲਾਂ ਉੱਚੀਆਂ ਨੇ ਤੇਰੇ ਯਾਰ ਦੀਆਂ ਗੱਲਾਂ ਵੱਡੀਆਂ ਨੇ ਤੇਰੇ ਯਾਰ ਦੀਆਂ ਧੌਲ ਮਾਜਰੇ ਵਾਲੇ ਵੀ ਆਏ ਹੋਏ ਹੈ ਬੜੋਦੀ ਵਾਲੇ ਵੀ ਬੈਠੇ ਹੈ ਉਹ ਕੰਦਪੁਰੀਏ ਮੁੰਡੇ ਵੀ ਬੈਠੇ ਹੈ ਲਾਗੇ ਭਰਦੀ ਸੰਗਤ ਆਈ ਹੋਈ ਹੈ ਬਹੁਤ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਉਧਰ ਬਹੁਤ ਵੱਡਾ ਧੰਨਵਾਦ ਆ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਮਨਵੀਰ ਬਾਈ ਹੈ ਯੂਐਸਏ ਵਾਲਾ ਪਹਿਲਾ ਪ੍ਰਾਈਜ਼ ਆ ਸੈਕਿੰਡ ਪ੍ਰਾਈਜ਼ ਬਚੀ ਸਾਡਾ ਵੀਰ ਜਰਮਨ ਵਾਲਾ ਦੋਨੋਂ ਨੈੱਟ ਬੈਨ ਜੇ ਸਮੈਸ਼ ਮਾਰ ਕੇ ਨੰਬਰ ਜੋੜਨ ਤੇ ਵੀਰ ਕਹਿੰਦਾ 200 ਦੇਵਾਂਗੇ ਆਪਾਂ ਜਿਹੜਾ ਖਿਡਾਰੀ ਹੈ ਇਧਰਲੇ ਪਾਸੇ ਜੱਸੇ ਦੇ ਜੁੰਡੀ ਜੋ ਟੱਪਾ ਪਾ ਗਿਆ ਉਹਦੇ ਲਈ ਵੀ 200 ਹੋਣਾ ਹੈ ਔਰ ਗੋਪੀ ਜਿੱਦਰ ਦੇ ਕੋਚ ਦੇ ਵਿੱਚੋਂ ਵੀ ਹੈ ਜਿਹੜੇ ਖਿਡਾਰੀ ਨੇ ਟੱਪਾ ਕੁਝ ਨਾਲ ਤੇ ਸੱਜੀ ਲੈ ਜਾਂਦਾ ਤੁਰਿਆ ਫਿਰਦਾ ਇਹਦੀ ਕਿਸੇ ਦੀ ਤਾਕਤ ਹੈ ਨਹੀਂ ਤੇ ਜਿੰਨੇ ਝੱਖੜ ਝੁੱਲੇ ਆ ਮੋਟਰਸਾਈਕਲ ਅੰਮ੍ਰਿਤ ਸਿੰਘ ਦੇ ਮੇਲੇ ਤੋਂ ਜਿੱਤੇ ਹੈ
जंपी का होंगे पहला एसी भी मुंडा थराली वाले का जितया खेड़ मैदान बई आली जंपी कदे सत मोबाइल जिते मुंडे ने कदे कहते नुकरा घोड़ा जिते है बहुत वड्डा नाम है इसकी तरीक दे विच बई आली जंपी का इन्हें हम नंबर का पता कर दिता है आओ कोटा कहते तैयार है खेड़ मैदान के सर्वे करते लिए पहली वाटर ब्रेक हो गई है स्कोर 8-10 ही 8-10 ब्रेक 8-10 तो वाटर ब्रेक है जी खाते जुड़ी है 9-10 हो गए9-10 ਗੁਰਵਿੰਦਰ ਪੰਧੇਰ ਕਹਿੰਦਾ ਵੀ ਜੇ ਮਲੋਸੀ ਵਾਲਾ ਜੇ ਲੰਬਾ ਖੇਡਦਾ ਹੁੰਦਾ ਇਸ ਮੇਲੇ ਤੇ ਤੇ ਆਪਾਂ ਮੁੰਡੇ ਦੇ ਵੱਡੇ ਮਾਣ ਵੱਡੇ ਸਨਮਾਨ ਕਰਨੇ ਸੀ ਉਹ ਗੁਰਵਿੰਦਰ ਵੀ ਸਾਡਾ ਵੀਰ ਜੁੜਿਆ ਹੋਇਆ ਹੈ ਉਧਰ ਸੋਨੀ ਟੈਂਕ ਵਾਲਾ ਸਾਡਾ ਭਰਾ ਜਿਹੜੇ ਸੋਹਣੇ ਪ੍ਰਬੰਧ ਕੀਤੇ ਮੁੰਡੇ ਨੇ ਨਾਲ ਰਣਜੀਤ ਹੈ ਵੱਡੇ ਮਾਣ ਵੱਡੇ ਪਿਆਰ ਦੋਨੋਂ ਬੁਲਾਰਿਆਂ ਦੇ ਲਈ ਸਾਡੇ ਭਰਾ ਕਰਕੇ ਹੈ ਵੱਡਾ ਧੰਨਵਾਦ ਕਰਾਂਗੇ ਵੱਡਾ ਪਿਆਰ ਵੱਡਾ ਸਤਿਕਾਰ ਜਦੋਂ ਵੀ ਇਸ ਇਲਾਕੇ ਦੇ ਵਿੱਚ ਆਏ ਹੈ ਭਰਾਵਾਂ ਨੇ ਵੱਡੇ ਪਿਆਰ ਵਾਖੇ ਹੈ ਲਓ ਵੱਡਾ ਮੈਚ ਖੇਡ ਮੈਦਾਨ ਦੇ ਵਿੱਚ ਦੁਨੀਆ ਜੁੜੀ ਹੋਈ ਹੈ ਸੋਹਣਾ ਮੈਚ ਹੈ ਚੈਣੇ ਵਾਲੀ ਆ ਮੁੰਡਾ ਵੀ ਕਹਿੰਦੇ ਫਿੱਟ ਹੈ ਹੋਰ ਲੱਡੂ ਵੀ ਫਿੱਟ ਹੈ ਹੋਰ ਭਾਰ ਓਹੋ ਬਾਲ ਵੀ ਮਰ ਜਾਣੀ ਉੱਪਰੋਂ ਮੁੜ ਗਈ ਹੈ ਹੋ ਗੱਲਾਂ ਲੱਗੀਆਂ ਟਿਕਾਣੇ ਖੇਡ ਮੈਦਾਨ ਦੇ ਵਿੱਚ ਟੀਮਾਂ ਦੋਨੋਂ ਚੰਗੀਆਂ ਬੜੇ ਆਤਮਵਿਸ਼ਵਾਸ ਦੇ ਨਾਲ ਬੜੀ ਜੀਦਾਰੀ ਦੇ ਨਾਲ ਬੜੇ ਠਰਮੇ ਦੇ ਨਾਲ ਖੇਡ ਰਹੀਆਂ ਮੁੰਡੇ ਕਹਿੰਦੇ ਹੌਸਲੇ ਨਾ ਖੇਡੇ ਨੇ ਵੀ ਕਰਦੀ ਖਰਾਬ ਗਰਮੀ ਜੋ ਸੀਨੇ ਦੀ ਹੈ ਤੇ ਸੋਈ ਦਾ ਕੋ ਚੁਬੇ ਆ ਤੇ ਤਪਾਂਗੋ ਭੀਨੇ ਦੀ ਆ ਤੇ ਪਾਣੀਏ ਦਾ ਕੰਮ ਚੱਲਦਾ ਜਵਾਬ ਤੇ ਬਾਗੋ ਬਾਗ ਪੀਵੀ ਆ ਸੂਟਾਂ ਦੀ ਦੁਕਾਨ ਤੇ ਹੈ ਤੇ ਸ਼ਿਕਰ ਟਕਾਵੇ ਚਾਂਬਲੇ ਜਵਾਗ ਨੂੰ ਨਾਗਾ ਪਾਉਣਾ ਔਖਾ ਨਿੱਤ ਦੇ ਪਿਆਗ ਨੂੰ ਇਹ ਲਾ ਕੇ ਕਈਆਂ ਗੱਲਾਂ ਸੀ ਤੇ ਖੁੱਪ ਜਾਂਦੀਆਂ ਮਾਰੇ ਟਾਈਮ ਬੱਤਕਾਂ ਵੀ ਡੁੱਬ ਜਾਂਦੀਆਂ ਮਾਰੇ ਟਾਈਮ ਬੱਤਕਾਂ ਵੀ ਡੁੱਬ ਜਾਂਦੀਆਂ ਪਰ ਸੱਜੇ ਪਾਸ਼ਾ ਪਰਮਾਤਮਾ ਨੇ ਟਾਈਮ ਚੰਗਾ ਲੈ ਕੇ ਆਉਂਦਾ ਕਟਾਰੀ ਦੀ ਧਰਤੀ ਦੇ ਵੱਡਾ ਕੰਮ ਔਰ ਕਦੇ ਪਹਿਲਾਂ ਸੈਨੀ ਖੇਡਿਆ ਜਾ ਰਿਹਾ ਹੈ ਜਿੱਤਣ ਵਾਲੀ ਟੀਮ ਨੇ ਇੱਕ ਵੱਡੇ ਪ੍ਰਾਈਜ਼ ਤੇ ਜਿਹੜੀ ਹੈ ਉਹ ਮੋਹਰ ਲਾ ਦੇਣੀ ਹੈ ਮੇਰੇ ਮਿੱਤਰੋ ਵੱਡੀ ਮੋਹਰ ਲੱਗ ਜਾਣੀ ਹੈ ਖੇਡ ਮੈਦਾਨ ਦੇ ਵਿੱਚ ਰਹਿ ਸਰੀਆ ਜੱਸਾ ਸੈਂਟਰ ਦੇ ਵਿੱਚ ਆ ਗਿਆ ਹੈ ਇਹ ਵੀ ਵੱਡਾ ਮੰਨ ਹੈ ਪ੍ਰਸਿੱਧ ਪੰਜਾਬੀ ਲੋਕ ਹੈ ਅਵਤਾਰ ਚੰਦ ਦਾ ਪਿੰਡ ਹੈ ਰਹਿ ਸਰ ਜੱਦੀ ਪਿੰਡ ਹੈ ਹਾਂ ਸਾਹਮਣੇ ਸਮੇਂ ਦੀਆਂ ਗੱਲਾਂ ਹੈ ਸਮਾਂ ਮਾੜਾ ਸਮਾਂ ਚੰਗਾ ਕਦੇ ਅਵਤਾਰ ਚੰਦ ਦਾ ਸਮਾਂ ਚੱਲਿਆ ਹੈ ਤੇ ਅੱਜ ਕਹਿੰਦੇ ਮੁੰਡਾ ਮਜਬੂਰ ਹੈ ਸਮੇਂ ਦੀ ਗੱਲ ਹੈ ਹੋਰ ਕੋਟੀਆਂ ਖੋਟਾ ਖੇਡ ਮੈਦਾਨ ਦੇ ਵਿੱਚ ਉਹ ਦਿਗੀ ਸੀ ਜਿਹੜਾ ਉਹ
और नाल इधर बहुत वड्डा मैं धन्यवाद करना कुलदीप ठेकेदार जी ते नाल साडे बहुत ही सत्कार जो नरेंद्र पाल सरपंच जी होना वालों 3000 जेतू की दलील जी नीवा चलते हुए मैच जेतू रहेगी है वो 3000 के बहुत वे मान प्यार जोड़े दिते जाएंगे इधर गुरी ते नाल हैप्पी मुकंदपुर वाले वीर कहते आप मान सम्मान जस्से और जंटी के करने हैं जिंदियां बाला मार के पॉइंट जोड़ने 100 दिते जाएंगे आसे पासे जिंदी भी रब रूपी संगत बैठी है सारी संगत का धन्यवाद रूपी सहार माजरे का साडे क्लब के वलों विशेष करते धन्यवाद किया जाता है रंजीत सोनू बई उन्होंने 500 जी टीम जित गई प्रगट रंजीत 500 उन्होंने आ गए जस्से दी गोपी ते जिंदर ते बड़ी बड़ी तिना दी सिंगल हैंड है ना बहुता सना नहीं चंगा बहुता रोना भी नहीं चंगा बहुता जागना नहीं चंगा बहुता सोना भी नहीं चंगा मुट्ठी बदल है चंगी बहुत धन्यवाद है और ना सोनी ते भाई रणजीत बहुत सारा मान प्यार दोनों बुलाने आया तह दिलों धन्यवाद इधर जस्सा गोपी ते जिंदर दी सिंगल हैंड स्मैश 1100 दी जैक्सन कनेडा और जैक्सन कनेडा दा साडा वीर कहंदा वीर राय सर दे जस्से वी गोपी रायकोट वाले दे जिंदर रायकोट वाले दी चौकी एक होर तगड़ा नंबर मार गया भाई 1100 दी होवेगी 11 बराबर स्कोर होवेगी साडा वीर कहंदा 10 बराबर सॉरी 10 बराबर जस्से बराबर हो गए 10 बराबर 10-10 दी बराबरी हो गई है मैच 10-10 दी बराबरी दे आ दर्शक दी ओ दे तारीयां कहने मराई है हिंदू कहते फिर चल पैन गए तेरे ने टेढ़ा टेढ़ा वेंदा जोत हल कोई कर दे मुंडे का दुनिया बटा पीर कहते रैसरिया गुरदीप पंजाब के कबड्डी कपा दे बड़िया सोहनिया कबड्डिया पाता है एक पीर बालीवाल खेलता है एक कहते पंजाब के कपा दे खेल कबड्डी की दौर तो साया होया मोटरसाइकलों का जेतू खिलाड़ी गुरदीप का सोहना पीर है गिल्लावा बंदा है आओ सामने खेल मैदान के रह सरी है जस्सा कानूनी जानती तू हिल नहीं जानती बड़ी एक मजाज ने तू गिल नहीं जानती एक गिल्ला का मुंडा है एक गिल्ला दे कहने लाने क्यों है रह सरी है जस्सा जिले बरनाले का खिलाड़ी छोटा जिला बरनाला है तीन एक हल्के है बड़े बड़े अदाकारा जन्म देने वाला जिला बरनाला है आओ सामने आवे मुंडा कहने उस जिले का है एक मुंडा खेलता है आओ जिले संगरूर का पही वाली हूँ मेरे ख्याल मलेरकोटला जिला बन गया है ते नाल मुंडे मानसा ने खेल रहे हैं टक्कर बड़ी बड़ी खेली जा रही है मैच कहते बराबरी पे है लाभी सारे क्लब के वलियों उरे लंगर प्रशादे पाने की एक बार फिर कौला है भी जेकर कोई भी रहेगा भी खीर और प्रशादा पानी जरा खुला चल रहा है और एक मैं होर बेनती करता मेरे प्रशादा पानी चाह कॉफी तुम सारे जने ने छकिया जी जे अज के खेल टूरनामेंट से बही है
ਪ੍ਰਬੰਧਕੀ ਕਮੇਟੀ ਦੇ ਵੱਲੋਂ ਲੰਗਰ ਪ੍ਰਸ਼ਾਦੇ ਪਾਣੀ ਦੇ ਚਾਹ ਪਾਣੀ ਦੇ ਪ੍ਰਬੰਧ ਵਧੀਆ ਕੀਤੇ ਗਏ ਨੇ ਤੇ ਮੇਰਾ ਵੀਰ ਬਣ ਕੇ ਇੱਕ ਵਾਰੀ ਤਾੜੀ ਮਾਰ ਦੋ ਪ੍ਰਬੰਧਕੀ ਕਮੇਟੀ ਦੇ ਲਈ ਹੈ ਅੱਜ ਕਹਿੰਦੇ ਭਰਾਵਾਂ ਦੇ ਸ਼ੰਕ ਠੜਦੀ ਆ ਆਹ ਗੱਲਾਂ ਲਾਦੀਆਂ ਦਿਖਾਣੇ ਹੈ ਹਾਲੇ ਜੇ ਕਿਤੇ ਵੀਰ ਕਹਿੰਦੇ ਵੀ ਆਹ ਮੌਸਮ ਥੋੜਾ ਸਾਫ ਦਿੱਤਾ ਨਾ ਤੇ ਟੀਮਾਂ ਥੋੜੀਆਂ ਜਿਹੀਆਂ ਹੋਰ ਹੁੰਦੀਆਂ ਤੇ ਫੇਰ ਗੱਲਾਂ ਹੋਰ ਹੋਣੀਆਂ ਸੀਗੀਆਂ ਗੱਲਾਂ ਹੋਰ ਹੋਣੀਆਂ ਸੀ ਤਲਵੰਡੀ ਵਾਲਿਆ ਅੱਜ ਦੇ ਟੂਰਨਾਮੈਂਟ ਦੀ ਖਾਸੀਅਤ ਹੈ ਨਹੀਂ ਤੇ ਬੜੇ ਮੇਲੇ ਦੇਖੇ ਹੈ ਜਦੋਂ ਆਈ ਜਾਂਦੀ ਬਸ ਘੰਟਾ ਕੌਫੀ ਚੱਲਦੀ ਹੈ ਤੇ ਫਿਰ ਨਾ ਕੌਫੀ ਵਾਲਾ ਲੱਭਦਾ ਹੈ ਨਾ ਕੌਫੀ ਵਾਲੀ ਮਸ਼ੀਨ ਲੱਭਦੀ ਹੈ ਪਰ ਅੱਜ ਵੱਡੀ ਮੁਬਾਰਕਬਾਦ ਹੈ ਬਾਬੇ ਨਾਨਕ ਦਾ ਕਹਿੰਦੇ ਵੱਡਾ ਹੱਥ ਹੈ ਇਸ ਨਗਰ ਇਸ ਇਲਾਕੇ ਤੇ ਸੰਤਾਂ ਮਹਾਂਪੁਰਸ਼ਾਂ ਦਾ ਲੱਗਦਾ ਹੈ ਸੰਤ ਬਾਬਾ ਈਸ਼ਰ ਸਿੰਘ ਜੀ ਹੁਣ ਵੀ ਦੁੱਧ ਲੰਗਰ ਆਮ ਚੱਲ ਰਿਹਾ ਦੁੱਧ ਦੇ ਪੁੱਤ ਕਿਸੇ ਕਰਮਾਂ ਨੂੰ ਨਸੀਬ ਹੁੰਦੇ ਹੈ ਬੜਾ ਭਾਗਾ ਭਰਿਆ ਪਿੰਡ ਹੈ ਤੇ ਕੌਫੀ ਦਾ ਲੰਗਰ ਕਹਿੰਦੇ ਹੁਣ ਵੀ ਖੁੱਲਾ ਚੱਲਦਾ ਬਾਕੀ ਰਾਣਾ ਸਾਹਿਬ ਦਾ ਏਰੀਆ ਦੇ ਲੰਗਰ ਇਧਰਲੇ ਪਾਸੇ ਨਾਲ ਚੱਲਿਆ ਤੇ ਹੋਰ ਨਾਰੇ ਦੇ ਚੱਲਣਾ ਕਿਹੜੇ ਪਾਸੇ ਆ ਰਾਣਾ ਸਾਹਿਬ ਦਾ ਏਰੀਆ ਤੇ ਜੇ ਲੰਗਰ ਰਾਣਾ ਸਾਹਿਬ ਦੇ ਪਿੰਡਾਂ ਦੇ ਵਿੱਚ ਨਾ ਚੱਲੇ ਹੈ ਤੇ ਫੇਰ ਤੇ ਗੱਲ ਲੱਗਦੀ ਨੀ ਟਿਕਾਣੇ ਹੈ ਬੜੀ ਵੱਡੀ ਕਿਰਪਾ ਸੰਤਾਂ ਮਹਾਂਪੁਰਸ਼ਾਂ ਦੀ ਹੈ ਆਓ ਕਹਿੰਦੇ ਅੱਜ ਮੇਰੇ ਮਿੱਤਰੋ ਵੱਡਾ ਕੱਪ ਖੇਡਿਆ ਜਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਵੀ ਇੱਥੇ ਪੀਰ ਬਜ਼ੁਰਗ ਬਥੇਰੇ ਆ ਲਾਏ ਸੰਤ ਮਹਾਤਮਾ ਡੇਰੇ ਆ ਬੈਠ ਦੁਆਬੇ ਮਾਂ ਦੇ ਮਾਝੇ ਆ ਕਈ ਗੁਰੂ ਗੋਬਿੰਦ ਨੇ ਸਿੱਧ ਸਾਜੇ ਆ ਤੇ ਕਿੰਨੇ ਤਰ੍ਹਾਂ ਦੀਆਂ ਲੋਕੀ ਵੱਧਦੇ ਹੁਣ ਪੱਗਾਂ ਦੀਆਂ ਚੋਣਾਂ ਨਾ ਮੈਂ ਦੇਖੇ ਦੇਸ਼ ਬਥੇਰੇ ਦੁਨੀਆ ਦੇ ਕੋਈ ਦੇਸ਼ ਪੰਜਾਬੋਂ ਸੋਹਣਾ ਨਾ ਦੇਖੇ ਦੇਸ਼ ਬਥੇਰੇ ਦੁਨੀਆ ਦੇ ਆ ਕੋਈ ਦੇਸ਼ ਪੰਜਾਬੋਂ ਸੋਹਣਾ ਨਾ ਇਹ ਕਹਿੰਦੇ ਬਾਬੂ ਰਾਜਬਲੀ ਜੀ ਨੇ ਲਿਖਿਆ ਵੀ ਪੰਜਾਬ ਤੋਂ ਸੋਹਣੀ ਧਰਤੀ ਹੈ ਦੁਨੀਆ ਦੇ ਕਿਤੇ ਵੀ ਨਹੀਂ ਹੈਗੀ ਹੈ ਬਾਬੂ ਰਾਜਬਲੀ ਜਿਨ੍ਹਾਂ ਦਾ ਸਾਜੋਗ ਜਿਹੜਾ ਮਿਲ ਖੁਰਦ ਮਾਰਿਆ ਉਹ ਬਾਬੂ ਰਾਜਬਲੀ ਜੀ ਨੇ ਭੋਗਿਆ ਵਾਕਈ ਗੱਲਾਂ ਕਹਿੰਦੇ ਪੰਜਾਬ ਦੀਆਂ ਕੀਤੀਆਂ ਪੰਜਾਂ ਦਰਿਆਵਾਂ ਦੀ ਧਰਤੀ ਹੈ ਪੰਜਾਬ ਗਲਤੀ ਕਰ ਦਿੱਤੀ ਹੈ ਲੱਡੂ 10-11 ਸਕੋਰ ਹੋ ਗਏ ਜੀ ਦਸ ਚੈਣੇ ਵਾਲ 11 ਰਾਏਕੋਟ ਬਈ 10-11 ਦੀ 10-11 ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਦਸ ਨੰਬਰ ਹੈ ਜਿਹੜੇ ਮੈਂਦੀ ਸ਼ਰਮਾ ਕਲੱਬ ਚੈਣੇ ਵਾਲ ਦੀ ਟੀਮ ਦੇ ਮੈਂਦੀ ਸ਼ਰਮਾ ਦਾ ਬਰਿਆਮ ਖੇਡਾ ਪੈਂਦਾ ਔਰ ਉਧਰਲੇ ਪਾਸੇ ਮੇਰੇ ਮਿੱਤਰੋ ਵੱਡਾ ਕਹਿੰਦੇ ਥਾਪੜਾ ਲਾਇਆ ਹੋਇਆ ਚੈਣੇਵਾਲ ਦੀ ਟੀਮ ਨੂੰ ਜਿਹੜੇ ਮਾਨਸਾ ਦੀ ਟੀਮ ਨੂੰ ਭਰਾ ਦੀ ਬੜੀ ਵੱਡੀ ਸਪੋਰਟ ਹੈ 10-11 ਹੋ ਗਿਆ ਮੈਚ ਫਿਰ ਬਰਾਬਰੀ ਤੇ ਆ ਗਿਆ ਰਹਿਗੋਟੀਓ ਆਤਮ ਵਿਸ਼ਵਾਸ ਦੇ ਨਾਲ ਥੰਮੇ ਦੇ ਨਾਲ ਖੇਡਣਾ ਪੈਣਾ ਹੈ ਫਿਰ ਕਿਤੇ ਜਾ ਕੇ ਜਿੱਤ ਪ੍ਰਾਪਤ ਹੋਣੀ ਹੈ ਗੱਲ ਤੇ ਉਹਨੂੰ ਫਾਈਨਲ ਦੀ ਹੈ ਇਹਦੀ ਟੀਮ ਇੱਕ ਵੱਡੇ ਨਾਮ ਤੇ ਮੋਹਰ ਲਾਉਂਦੀ ਹੈ ਉਧਰ ਪ੍ਰਗਟ ਤੇ ਸੋਨੂੰ ਬਣੀਓ 500 ਜੇਤੂ ਟੀਮ ਲਈ ਨਾਲ ਰਣਜੀਤ ਤੇ ਸੋਨੂੰ ਟੈਂਡਾ 500 ਬਣੀਓ ਜੇਤੂ ਟੀਮ ਲਈ ਹੋਣਾ ਹੈ 1000 ਸਾਡੇ ਕੋਲੇ ਆ ਗਏ ਹੈ ਜਿਹੜੇ ਮੁੰਡੇ ਜਿੱਤ ਗਏ 1000 ਦੇ ਨਾਲ ਕਹਿੰਦੇ ਮਾਣ ਹੋਣਗੇ ਗੱਲ ਮਾਨਾ ਦਿਓ ਲੱਖਾਂ ਦਾ ਨੰਬਰ ਲੈ ਗਿਆ ਇੱਕੋ 13 ਲੱਖ ਵਰਗਾ
ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਇੱਕੋ ਤੇਰਾ ਲੱਖ ਵਰਗਾ ਬੜੀ ਤਗੜੀ ਮਾਰੀ ਗੋਪੀ ਨੇ ਆ ਤਾਂ ਯਾਰ ਲੱਖਾਂ ਵਰਗਾ ਨੰਬਰ ਜੋੜ ਦਿੱਤਾ ਮੁੰਡੇ ਨੇ ਇਹ ਤਾਂ ਰਾਏਗੋੜ ਦੇ ਗੋਪੀ ਦੇ ਲਈ ਸਾਡੇ ਇਹ ਮੁੰਡੀਆਂ ਦੀ ਐਵਰੇਜ 200 ਦਾ ਮਾਨ ਆ ਗਿਆ ਹੈ 25 ਜਰਮਨ ਦੀ ਹੋਣਾ ਬੋਲੀਓ ਰਾਏਗੋੜ ਦੇ ਗੋਪੀ ਦੀ ਆ ਬਾਲ ਤੋਂ ਖੁਸ਼ ਹੋ ਕੇ ਵੱਡੇ ਮਾਨ ਜਿਹੜੇ ਆਏ ਨੇ 11-11 ਦੀ ਹੈ ਜਿਹੜੀ ਬਰਾਬਰੀ ਆ ਆਓ ਖੇਡ ਦੇ ਮੈਦਾਨ ਦੇ ਕਹਿੰਦੇ ਕਮਾਲ ਹੋ ਗਈ ਹੈ ਬਾਲਾਂ ਚ ਲਾ ਲਾ ਥੋੜੀ ਥੋੜੀ ਪਿੰਡੂ ਲਤਾਲਿਆ ਆਹ ਨੰਬਰ ਤੋਂ ਖੁਸ਼ ਹੋਏ ਤੇ 100 ਰੈਕੋਡੀਏ ਗੋਪੀ ਦੇ ਲਈ ਆ ਗਿਆ ਲੈ ਵੀ ਗੋਪੀ ਤੇਰਾ ਮਾਣ ਮੇਰੇ ਕੋਲੇ ਜਾਂਦਾ ਹੋਇਆ ਲੈ ਜੀ ਨੌਜਵਾਨਾਂ ਜਾਤ ਦੇ ਨਾਲ ਪਿੰਡੂ ਹੈ ਸਾਡਾ ਵੀਰ 100 ਦੇ ਵੱਡੇ ਮਾਣ ਰੈਕੋਡੀਏ ਗੋਪੀ ਦੇ ਕਰਕੇ ਹੈ ਕਦੇ ਲਤਾਲੇ ਦੇ ਲੂਦਰ ਦੇ ਕਰਕੇ ਕਦੇ ਪਿੰਡੂ ਦੇ ਕਰਕੇ ਦੋ ਵੀਰ ਦਹੀਂ ਬੇਰਬਾ ਇੱਕ ਮੁਨਸੀ ਤੇ ਦੂਜਾ ਪਟਵਾਰੀ ਆਓ ਦੋ ਵੀਰ ਦਹੀਂ ਬੇਰਬਾ ਬਾਕੀ ਦੋਨੋਂ ਵੀਰਾਂ ਦੀ ਚਰਚਾ ਹੈ ਹੁਣ ਇੱਕ ਪੰਜਾਬ ਆ ਗਿਆ ਇੱਕ ਆਸਟ੍ਰੇਲੀਆ ਗਿਆ ਵਸਿਆ ਹੈ ਉਹ ਗੱਲਾਂ ਵੱਡੀਆਂ ਲਤਾਲੇ ਵਾਲੇ ਯਾਰ ਵੀ ਵੱਜੇ ਹੋਏ ਹੈ ਬਹੁਤ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਔਰ ਨਾਲ ਹੀ ਜੁਗਨੂ ਨਾਰਵੇ ਦੀ ਉਹਨਾਂ ਦੇ ਵੱਲੋਂ ਵੀ ਗੋਪੀ ਦੀਆਂ ਬਾਲ ਤੋਂ ਖੁਸ਼ ਹੋ ਕੇ 500 ਆ ਗਿਆ ਹੈ ਬਹੁਤ ਵੱਡਾ ਧੰਨਵਾਦ ਕਰਦਾ ਮੈਂ ਜੇਤੂ ਟੀਮ ਦੇ ਲਈ 500 ਰੁਪਈਆ ਨਾਲ ਵੱਲੋਂ ਅਨਾਉਂਸ ਕੀਤਾ ਹੋਇਆ ਹੈ 3000 ਰੁਪਈਆ ਸਾਡੇ ਬਈ ਕੁਲਦੀਪ ਠੇਕੇਦਾਰ ਦੀ ਹੈ ਨਰਿੰਦਰ 505 ਦੀ ਉਹਨਾਂ ਵੱਲੋਂ ਹਾਲ ਕਰ ਸਾਡੇ ਫੌਜੀ ਬਾਈ ਹੋਰਾਂ ਦਾ ਭਰਾ ਸਾਡੇ ਹੈਰੀ ਵਰਗਿਆਂ ਦਾ ਜਗਜੀਤ ਵਰਗੇ ਰਣਜੀਤ ਵਰਗੇ ਸਾਰੇ ਨਗਰ ਦਾ ਬਾਈ ਰਾਜੂ ਵਰਗਿਆਂ ਦਾ ਜਿਹੜੇ ਭਰਾਵਾਂ ਨੇ ਸਾਨੂੰ ਸਾਥ ਦਿੱਤਾ ਗਰਾਊਂਡ ਬਣਾਉਣ ਦੇ ਲਈ ਜਿਹੜੇ ਨਵੇਂ ਮੁੰਡਿਆਂ ਨੇ ਸਾਡਾ ਸਾਥ ਦਿੱਤਾ ਹੈ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਲੰਗਰ ਦੇ ਵਿੱਚ ਜਿਹੜੇ ਭਰਾਵਾਂ ਨੇ ਸਾਡਾ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ ਲਾਈਵ ਵਾਲੇ ਭਰਾਵਾਂ ਦਾ ਵੀ ਸਾਡੇ ਕਲੱਬ ਵਾਲੇ ਬਈਆਂ ਵੱਲੋਂ ਜਿਹੜਾ ਕਹਿ ਕੇ ਦਮਾ ਧੰਨਵਾਦ ਕੀਤਾ ਜਾਂਦਾ ਹੈ ਖੇਡ ਦੇ ਬੁਲਾਰਿਆਂ ਦਾ ਵੀ ਵੀਰ ਕਹਿੰਦੇ ਦਿਲੋਂ ਧੰਨਵਾਦ ਕਰਦੇ ਆਪਾਂ ਔਰ ਵਿਸ਼ੇਸ਼ ਕਰਦੇ ਧੰਨਵਾਦ ਆਈਆਂ ਟੀਮਾਂ ਦਾ ਟੀਮਾਂ ਦੇ ਖਿਡਾਰੀਆਂ ਦਾ ਲਲਕਾਰੇ ਮਾਰਦੀ ਹੈ ਦੁਨੀਆ ਪਿਆਰ ਕਰਦੀ ਹੈ ਬੜਾ ਸੋਹਣਾ ਮੈਚ 100 ਪਿੰਡੂ ਬਣੀਓ ਕੋਟ ਦੇ ਲਈ ਆ ਗਏ ਨੇ ਵੀ ਮਣੀ ਚੱਕ ਮਾਫੀ ਵਾਲਿਆ ਆ ਪਿੰਡੂ ਦੇ ਖਾਤੇ ਪਾਣੀ ਲਤਾਲੇ ਵਾਲੇ ਪਿੰਡੂ ਬਣੀਓ ਕੋਟ ਦੇ ਖਾਤੇ ਪਾਣੀ 100 ਦਾ ਨੋਟ ਆਓ ਮੁੰਡਾ ਬੈਠਾ ਆਸਟ੍ਰੇਲੀਆ ਦੇ ਵਿੱਚ ਵੀ ਕਹਿੰਦੇ ਤਕੜਾ ਖੇਡਦਾ ਹੈ ਪਰ ਅੱਜ ਨੋਟਾਂ ਦੀ ਵੱਡੀ ਵਰਖਾ ਕਰ ਰਹੇ ਹੈ ਲਲਕਾਰੇ ਵੱਜ ਰਹੇ ਹੈ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾ ਹਾਂ ਵੱਜਦੇ ਸੀ ਲਲਕਾਰੇ ਅੱਜ ਦੇ ਕਹਿੰਦੇ ਲਲਕਾਰੇ ਵੱਜ ਰਹੇ ਹੈ ਮੇਲਾ ਭਰ ਜੋਬਨ ਤੇ ਚੱਲਦਾ ਹੈ ਜੋਧਪੁਰੀਆ ਕੋਚ ਬੜੀ ਕਮਾਲ ਦੀ ਪਾਰੀ ਖੇਡੀ ਤੁਰੇ ਆਉਂਦਾ ਹੈ ਚੈਣੇ ਵਾਲੀਆਂ ਦੀ ਵੀ ਟੀਮ ਵੱਡੀ ਹੈ ਆਓ ਵੱਡਾ ਮੈਚ ਖੇਡ ਮੈਦਾਨ ਦੇ ਵਿੱਚ ਚੈਣੇ ਵਾਲੀ ਇਹ ਗੁਰਜੀਤੀ ਦੀ ਬਹੁਤ ਵੱਡੀ ਘਾਟ ਪਈ ਹੈ ਟੀਮ ਨੂੰ ਮੁੰਡਾ ਫੌਜ ਦੇ ਵਿੱਚ ਭਰਤੀ ਹੋ ਗਿਆ ਹੈ ਚੈਣੇ ਵਾਲੀ ਇਹ ਗੁਰਜੀਤੀ ਦੀ ਕਹਿੰਦੇ ਇੱਕ ਵੱਡੀ ਘਾਟ ਹੈ ਟੀਮ ਨੂੰ ਪਰ ਵੱਡਾ ਇੱਧਰ ਖੇਡ ਮੈਦਾਨ ਦੇ ਵਿੱਚ ਕਮਾਲ ਕਰੀ ਜਾਂਦਾ ਹੈ ਰਹਿ ਕੋਟੀ ਆ ਗੋਪੀ ਬਹੁਤ ਵੱਡੀ ਟੱਕਰ ਅੱਜ ਦੇ ਦਿਨ ਦੀ ਖੇਡ ਮੈਦਾਨ ਦੇ ਵਿੱਚ ਖੇਡੀ ਜਾ ਰਹੀ ਹੈ ਵੱਡਾ ਮੈਚ ਖੇਡਿਆ ਜਾ ਰਿਹਾ ਹੈ ਵੱਡਾ ਮੈਚ ਹੈ ਇੱਧਰ ਬਾਈ ਹੀਪੀ ਵਰਗਿਆਂ ਦਾ ਹੈਰੀ ਵਰਗਿਆਂ ਦਾ ਸਾਰੇ ਭਰਾ ਸਾਡੇ ਅਮਨ ਵਰਗੇ ਹੈ ਜਿਨ੍ਹਾਂ ਨੇ ਵੱਡੀ ਮਿਹਨਤ ਕੀਤੀ ਅੱਜ ਦੇ ਸਟੇਟ ਟੂਰਨਾਮੈਂਟ ਦੇ ਲਈ ਸਾਰੇ ਭਰਾਵਾਂ ਨੂੰ ਮੁਬਾਰਕਬਾਦ ਵੀ ਹੈ ਕਿਉਂਕਿ ਮੇਲਾ ਜਿਹੜਾ ਭਰਾਵਾਂ ਦਾ ਬੜਾ ਚੋਟੀ ਦਾ ਹੋ ਨਿਬੜਿਆ ਟੀਮਾਂ ਬੇਸ਼ੱਕ ਆਪਣੇ ਕੋਲੇ ਸੀਮਤ ਦੀਆਂ ਰਹੀਆਂ ਪਰ ਮੈਚ ਸਾਰੇ ਬੜੇ ਖੜਕੇ ਲੜਕੇ ਵਾਲੇ ਲੱਗੇ ਆ ਹਾਲੇ ਵੀ ਫੈਸਲੇ ਜਿਹੜੇ ਬਾਕੀ ਆ ਵੀ ਫੈਸਲੇ ਅਧੂਰੇ ਚਿੱਤ ਦੇ ਨਾਲ ਰਹਿਣਗੇ ਤਕੜਾ ਮੈਚ ਮਿੱਤਰੋ ਦੇਖਾਂਗੇ ਕਟਾਰੀ ਚੋਂ ਕੱਪ ਜਿੱਤ ਕੌਣ ਲੈ ਗਿਆ ਅੱਜ ਪਤਾ ਲੱਗਣਾ ਕਟਾਰੀ ਦਾ ਕੱਪ ਕੌਣ ਲੈ ਗਿਆ ਰਣਜੀਤ ਅਰਜਨ ਨੂੰ ਉਹ ਬੜੀ ਇੰਤਜ਼ਾਰ ਸੀ ਵੀ ਟੀਮਾਂ ਕਿੱਦਾਂ ਆਉਣਗੀਆਂ ਪ੍ਰਬੰਧ ਕਿੱਦਾਂ ਹੋਣਗੇ ਮੌਸਮ ਵੀ ਬੜਾ ਖਰਾਬ ਸੀ ਪਰ ਵਾਹਿਗੁਰੂ ਨੇ ਮੋਹਰ ਤੇ ਸਾਰਾ ਕੁਛ ਸਹੀ ਹੋ ਗਿਆ ਹੈ ਬਾਲ ਇਹਨੇ ਕੋਚਾ ਵਾਲ ਇਹਨੇ
ਬਹੁਤ ਤਕੜੀ ਮਾਰੀ ਦੱਸੇ ਨੇ ਯਾਰ 11 12 ਚੇਂਜ ਪਏ ਇੱਕ ਸਾਹ ਰੈ ਸਰੀਏ ਜੱਸੇ ਲਈ ਆ ਗਿਆ ਬਾਲ ਤੋਂ ਖੁਸ਼ ਹੋ ਕੇ ਬਿੰਦੂ ਲਤਾੜੇ ਵੰਡੀਆਂ ਅੱਜ ਗਿਆ ਸਾਡਾ ਵੀਰ ਇੱਕ ਸਾਹ ਦਾ ਨਾਮ ਰੈ ਸਰੀਏ ਜੱਸੇ ਲਈ ਪਹਿਲਾਂ 100 ਕੋਟ ਦੇ ਲਈ ਆਇਆ 100 ਗੋਪੀ ਲਈ 100 ਰੈ ਸਰੀਏ ਜੱਸੇ ਲਈ ਆ ਗਿਆ ਲਤਾੜੇ ਵਾਲਾ ਕਹਿੰਦੇ ਬਿੰਦੂ ਆਇਆ ਹੋਇਆ ਔਰ ਉੱਧਰ ਤੇਜਿੰਦਰ ਖੱਟੜਾ ਕੈਨੇਡਾ ਦਾ ਵੀਰ ਸਾਡਾ ਉਹ ਭਰਾ ਦੇ ਵੱਲੋਂ ਜੇਤੂ ਦੀ ਉੱਤੇ ਲਈ ਹੈ 500 ਦੇ ਵੰਡੇ ਮਾਣ ਹੋਣਗੇ ਆ ਤੇਜਿੰਦਰ ਖੱਟੜਾ ਕੈਨੇਡਾ ਉਹ ਵੀਰ ਦੇ ਵੱਲੋਂ ਵੀ ਹੈ ਜਿਹੜੇ ਜੇਤੂ ਟੀਮ ਦੇ ਲਈ 500 ਦਾ ਬੜਾ ਵੱਡਾ ਮਾਣ ਹੋਣਾ ਹੈ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਜਿਹੜੇ ਵੀਰ ਨਾਲ ਖਿਡਾਰੀਆਂ ਦੇ ਲਈ ਹੈ ਬੜੇ ਵੱਡੇ ਮਾਣ ਪਿਆਰ ਜਿਹੜੇ ਭੇਜ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਜੀ ਇੱਧਰ ਰਾਏਸਰ ਦੇ ਜੱਸੇ ਦੇ ਲਈ 200 ਦਾ ਮਾਣ ਆ ਗਿਆ ਸਾਡੇ ਬਾਈ ਬੱਤੀ ਜਰਮਨ ਦੀ ਉਹਨਾਂ ਦੇ ਵੱਲੋਂ ਰਾਏਸਰ ਦੇ ਜੱਸੇ ਦੇ ਲਈ 200 ਦਾ ਵੱਡਾ ਮਾਣ ਜਿਹੜਾ ਪਹੁੰਚਦਾ ਕਰ ਦਿੱਤਾ ਗਿਆ ਹੈ ਬਾਰਾਂ ਗਿਆਰਾਂ ਸਕੋਰ ਆ ਜੀ ਵਾਹ ਜੀ ਵਾਹ ਸ਼ਾਂਤੀ ਆ ਗਈ ਮੁੰਡੇ ਕਹਿੰਦੇ ਵਾਹ ਜੱਸਿਆ ਸੋਹਣੀ ਖੇਡ ਉੱਠੋ ਕੋਚ ਹੋਰ ਤਕੜਾ ਮੁੰਡਿਆ ਪਰ ਕਲਾਣੇ ਵਾਲਾ ਲੱਡੂ ਵੀ ਫਿੱਟ ਹੈ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਹੈ ਉਹ ਜਿਹੜੀ ਝੁਕਦੀ ਕਦੇ ਨੀ ਉਹ ਧੌਣ ਹੁੰਦੇ ਹੈ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਹੈ ਜਿਹੜੇ ਪਾਣੀਆਂ ਤੇ ਲਾਉਣ ਲੋਕ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਏ ਹੈ ਉਹ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ ਰਿਕਾਰਡ 2 ਦਿਨ ਨਾਲ ਖਿਡਾਰੀਆਂ ਦੇ ਆ 12 ਨੰਬਰ ਆ ਜਿਹੜੇ ਰਾਏਕੋਟ ਦੀ ਟੀਮ ਦੇ ਜੱਸੇ 12 ਰਾਏਕੋਟ ਦੇ 11 ਨੰਬਰ ਜਿਹੜੇ ਚੈਨਿਆਂ ਦੀ ਟੀਮ ਦੇ ਨੇ 12 ਤੇ 11 ਦਾ ਮੁਕਾਬਲਾ ਜਿਹੜਾ ਖੇਡ ਦੇ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਹੁਣ ਦੇਖਾਂਗੇ ਨੰਬਰ 13 ਜੁੜਦਾ ਹੈ ਤੇ ਜਾਂ ਇਧਰਲੇ ਪਾਸੇ ਮੁੰਡੇ ਚੇਂਜ ਕਰ ਜਾਣਗੇ ਵੀ ਕੌਣ ਕੌਣ ਦਿੰਦਾ ਸਾਡੇ ਹੱਕ ਚ ਗਵਾਹੀ ਹੈ ਤੇ ਕੌਣ ਕੌਣ ਚਾਹੁੰਦਾ ਸਾਡੇ ਓਏ ਰੈਕੋਰਡ ਵਾਲਾ ਜਿੰਦਰ ਇੱਕ ਤਗੜੀ ਪੱਟੀ ਤੋੜ ਗਿਆ 13-11 ਪਰ ਇੱਧਰ ਕਮਾਲ ਕਰਦੇ ਮੁੰਡੇ ਨੇ ਨੰਬਰ 13 ਜੁੜਦਾ ਮੇਰੇ ਖਿਆਲ ਚ ਇਹ ਵੀ 13 ਹੋ ਗਏ 13 ਨੰਬਰ ਹੋ ਗਿਆ ਬਾਬੇ ਨਾਨਕ ਨੇ ਵੀ 13-13 ਤੋੜੇ ਹੈ ਗੁਰੂ ਘਰ ਦਾ ਸਪੀਕਰ ਬੋਲੇ ਤਕੜੀ ਬਾਬੇ ਨਾਨਕ ਦੀ ਹੋ 13-13 ਤੋਲੇ ਤਕੜੀ ਬਾਬੇ ਨਾਨਕ ਦੀ ਨੰਬਰ ਕਹਿੰਦੇ 13 ਹੋ ਗਿਆ ਕਿਹਨ ਮੈਦਾਨ ਦੇ ਵਿੱਚ 13 ਤੇ 11 ਦੀ ਟੱਕਰ ਪੈ ਜਾ ਉੱਤੇ ਬਾਲ ਨਾ ਲੱਗੇ ਬਸ ਹੋਰ ਕੁਝ ਨਹੀਂ ਕਰਨਾ ਮੇਰੇ ਮੂਰੇ ਹੋ ਜਾ ਬਾਲ ਨਾ ਮੂਰੇ ਉੱਪਰ ਪਰ ਬਹਿ ਜਾ ਉੱਪਰ ਮੂਰੇ ਖਾੜੀ ਜਾ ਮੇਰੇ ਚਾਹੇ ਮੂਰੇ ਖਾੜੀ ਜਾ ਜੇ ਬਾਲ ਆਉ ਮੂਰੇ ਹੱਥ ਕਰ ਲਈ ਕੋਈ ਚੱਕਰ ਹੀ ਨਹੀਂ ਹੈੱਡ ਲਾ ਦੀ ਭਾਵੇਂ ਬਹੁਤ ਵੱਡਾ ਧੰਨਵਾਦ ਕਰ ਬਾਈ ਗੋਪੀ ਵੱਲੋਂ ਬਹੁਤ ਸਾਰਾ ਮਾਣ ਆਇਆ ਬੋਲਣ ਦੇ ਲਈ ਗੋਪੀ ਸਾਡੇ 13-11 ਵੀਰੇ 13-11 ਦੀ 13 ਰੈਕੋਰਡ 11 ਚੈਨਿਆਲ ਬਹੁਤ ਬਹੁਤ ਧੰਨਵਾਦ ਲੈ ਵੀ 13-11 ਹੋ ਗਏ 13 ਤੇ 11 2 ਪੁਆਇੰਟਾਂ ਦਾ ਫਰਕ ਹੈ 19 ਪੁਆਇੰਟਾਂ ਦਾ ਮੈਚ ਹੈ ਬਾਕੀ 2 ਨੰਬਰਾਂ ਦਾ ਫਰਕ ਹੈ 19 ਨੰਬਰਾਂ ਦੀ ਗੇਮ ਹੈ ਖੁਦ ਜੋਤ ਤੇ ਚੰਦੂ ਸਾਡਾ ਬੜੋਦੀ ਵਾਲੇ ਕਹਿੰਦੇ ਵੀ ਜੇ ਰਹਿ ਸਰੀਆ ਜੱਸਾ ਸਮੈਸ਼ ਮਾਰਦਾ ਇੱਕ 100 ਦਿੱਤਾ ਜਾਣਾ ਹੈ ਜਿੰਨੀਆਂ ਸਮੈਸ਼ਾਂ ਮਾਰਦਾ ਹੈ ਹਰ ਇੱਕ ਸਮੈਸ਼ ਦਾ ਇੱਕ 100 ਹੋਣਾ ਹੈ ਇਹ ਵੀ ਰਹਿ ਸਰੀਆ ਜੱਸਿਆ ਮੁੰਡੇ ਮਾਰ ਕਰਦੇ ਹੈ ਜੋਤ ਬੜੋਦੀ ਤੇ ਬਿੰਦੂ ਜਿੰਨੇ ਨੰਬਰ ਲੈਣਾ ਹੈ ਸਮੈਸ਼ ਮਾਰ ਕੇ ਹਰ ਇੱਕ ਨੰਬਰ ਦਾ ਇੱਕ 100 ਦਿੱਤਾ ਜਾਣਾ ਹੈ ਉੱਧਰ ਕਹਿੰਦੇ ਗਣੇਸ਼ ਆਇਆ ਹੋਇਆ
ਨਨੀਮ ਦੇ ਠੰਡ ਨੇੜੇ ਨਹੀਂ ਆਉਂਦੀ ਹਾਂਜੀ ਹਾਂਜੀ ਪਹਿਲਾ ਸੈਮੀ ਆ ਵੀਰੇ ਰਵਿੰਦਰ ਚੌਹਾਨ ਆਉਣ ਵਾਲੇ ਸਮੇਂ ਦਾ ਵੱਡਾ ਖਿਡਾਰੀ ਬਣਨਾ ਹੈ ਇਹ ਵੀ ਮੁੰਡਾ ਕਹਿੰਦੇ ਜਰਗੜੀ ਮਿਹਨਤ ਲਾਉਣ ਜਾਂਦਾ ਹੈ ਜਰਗੜੀ ਪਿੰਡ ਦੁਨੀਆ ਦੇ ਵੱਡੇ ਸਟਾਰਾਂ ਦਾ ਪਿੰਡ ਹੈ ਬਲ ਪਿਆਰ ਦਾ ਪਿੰਡ ਹੈ ਸਾਡੇ ਯਾਰ ਦਾ ਤੇ ਗਣੇਸ਼ ਕਹਿੰਦੇ ਜਰਗੜੀ ਦੇ ਗਰਾਊਂਡਾਂ ਤਿਆਰੀ ਲਾਉਂਦਾ ਹੈ ਆਉਣ ਵਾਲੇ ਸਮੇਂ ਦਾ ਮਹਾਰਥੀ ਬਣਨਾ ਹੈ ਗੱਲਾਂ ਵੱਡੀਆਂ ਖੇਡ ਮੈਦਾਨ ਦੇ ਵਿੱਚ ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ ਬਾਹਰ ਰਹਿ ਕੋਟੀਆਂ ਬੜੀ ਸੋਹਣੀ ਕਟਾਈ ਹੈ ਪਰ ਐਸਰੀਆ ਜੱਸਾ ਫਿਰ ਸਾਈਡ ਤੇ ਆ ਗਿਆ ਹੈ ਸੁਖਦੀਪ ਮੋਟਾ ਵੀ ਮੋਟਿਆ ਤਕੜੇ ਹੋਣਾ ਪੈਣਾ ਹੈ ਪਰ ਨਸ਼ਾਨਾ ਥੋੜਾ ਗਲਤ ਲੱਗ ਗਿਆ ਹੈ ਲੱਗੇ ਨਾ ਨਸ਼ਾਨਾ ਸਾਫ ਪ੍ਰਦੀਪ ਦਿਓਰ ਨਹੀਂ ਆਇਆ ਵੀਰੇ ਚੋਰ ਚੋਰੀ ਕਰਦਾ ਨਹੀਂ ਮੌਕੇ ਤੋਂ ਬਿਨਾ ਔਰਤ ਨਾ ਸੋਹਣੀ ਲੱਗੇ ਕੋਕੇ ਤੋਂ ਬਿਨਾ ਬਿਕੇ ਨਾ ਸਮਾਨ ਕਦੇ ਫੋਕੇ ਤੋਂ ਬਿਨਾ ਔਰ ਲੱਗੇ ਨਾ ਨਸ਼ਾਨਾ ਸਾਫ ਰੋਕੇ ਤੋਂ ਬਿਨਾ ਨਿਸ਼ਾਨੇ ਲੱਗ ਰਹੇ ਹੈ ਬਈਏ ਵਾਲੀਆ ਜੰਡੀ ਵੀ ਨਿਸ਼ਾਨੇ ਲਾਈ ਤੁਰਿਆ ਆਉਂਦਾ ਹੈ ਉਧਰ ਇੱਕ ਹੋਰ 12-13 ਹੋ ਗਏ ਵੀਰੇ ਵਾਧਾ ਹੋ ਗਿਆ ਹੈ ਲੈ ਵੀ ਫੌਜੀਆ 12-13 ਹੋ ਗਏ 13-13 ਬਹੁਤ ਵਧੀਆ ਮੈਚ ਆ ਬਰਾਬਰੀ ਤੇ ਆ ਗਿਆ ਕੰਮ ਇਹਨਾਂ ਦਾ ਬਾਈ ਆਹ ਹਿੱਲ ਦਾ ਵੀਰੇ ਬਹੁਤ ਹਿੱਲਦਾ ਟੇਬਲ ਡਿੱਗੀ ਨਾ ਫਰਕ ਬੜੇ ਹੈ ਜਿੰਕ ਨਹੀਂ ਤੇਰੇ ਮੇਰੇ ਹਾਲਾਤਾਂ ਦੇ ਉਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਅੱਜ ਤੇ ਜੈ ਜੈਕਾਰ ਹੋਈ ਪਈ ਹੈ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਫਿਰ ਇੱਕ ਵਾਰੀ ਬਰਾਬਰੀ ਤੇ ਆ ਗਏ ਹੈ ਬਿਲਕੁਲ 13-13 ਨੰਬਰ ਪੰਜ ਕੁ ਨੰਬਰਾਂ ਦੀ 13 ਬਰਾਬਰ ਆ ਵੀਰੇ 13 ਬਰਾਬਰ ਬਿਲਕੁਲ ਜੀ ਸਹੀ ਹੋ ਤੁਸੀਂ ਟੀਮ ਨੇ ਬਾਜੀ ਮਾਰਨੀ ਹੈ ਗੱਲ ਸਮੇਂ ਦੀ ਹੈ ਉਹ ਖੇਡ ਮੈਦਾਨ ਦੇ ਵਿੱਚ ਹਰ ਦਮ ਜਿੱਤਣ ਜਿੱਤਣ ਕਰਦਾ ਹੈ ਕਦੇ ਹਾਰ ਵੀ ਮਨ ਸਰੀਰਾ ਜਿੱਤਣ ਦਾ ਮੁੱਲ ਕੌਡੀ ਪੈਂਦਾ ਹਰ ਦਮ ਹੀਰਾ ਜਿੱਤਣ ਦਾ ਮੁੱਲ ਕੌਡੀ 14-13 14-13 ਲੀਡ ਪੱਟ ਗਏ ਮੁੰਡਿਆਂ ਨੇ ਇੱਕ ਨੰਬਰ ਦਾ ਜਿਹੜਾ ਵਾਧਾ ਹੋਲਡ ਕਰ ਦਿੱਤਾ 14-13 ਦਾ ਮੁਕਾਬਲਾ ਹਾਲੇ 20 ਪੁਆਇੰਟਾਂ ਦਾ ਮੈਚ ਹੈ ਹੋਰ ਲੋਕੋ ਹਲੇ ਮੁੱਕਿਆ ਨੀ ਟੋਚਰ ਹੈਗਾ ਵੀਰੇ ਹੈਗਾ ਜੀ ਹਲੇ ਤੇ ਬੜਾ ਕੁਛ ਸੋਹਣਾ ਹਲੇ ਤੇ ਬਹੁਤ ਕੁਛ ਸੋਹਣਾ ਉਧਰ ਜਸਪ੍ਰੀਤ ਸਿੱਧੂ ਹਾਕਮ ਵਾਲੀਆ ਉਹ ਵੀ ਸਾਡਾ ਭਰਾ ਰਹਿੰਦਾ ਯੂਐਸਏ ਉਹ ਵੀ ਸਾਡਾ ਵੀਰ ਜੁੜਿਆ ਹੋਇਆ ਹੈ ਹਾਕਮ ਵਾਲਾ ਪਿੰਡ ਕਹਿੰਦੇ ਭੂਰੇ ਦਾ ਪਿੰਡ ਹੈ ਪਹਿਲੇ ਸਮੇਂ ਦੇ ਵਿੱਚ ਹਾਕਮ ਵਾਲੀਏ ਭੂਰੇ ਨੇ ਕਮੈਂਟਰੀ ਦੀ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਵਾਈ ਤੇ ਹਾਕਮ ਵਾਲਾ ਪਿੰਡ ਕਹਿੰਦੇ ਸੋਨੀ ਸਿੱਧੂ ਭੈਣੀ ਬਾਈ ਵਾਲੇ ਦੇ ਸਹੁਰਿਆਂ ਦਾ ਪਿੰਡ ਹੈ ਉਹ ਗੱਲਾਂ ਹਾਕਮ ਵਾਲੇ ਦੀਆਂ ਹੁੰਦੀਆਂ ਬਹੁਤ ਤਕੜੀ ਟੱਕਰ ਖੇਡ ਮੈਦਾਨ ਦੇ ਵਿੱਚ ਬਾਈ ਵਾਲੀਆ ਜੰਡੀ ਹਿੱਲ ਓਏ ਬਾਲ ਓਏ ਜੰਡੀ 14-13 ਹੋ ਗਏ ਮੇਰੇ ਹਿਸਾਬ ਨਾਲ ਤੇਜਿੰਦਰ ਵੀਰੇ 14-13 ਦੀ 14 ਚੜਿਆ 13 ਰੈਕੋਰਡ ਫੇਰ ਆ ਗਿਆ ਹੈ ਉਹ ਸਾਹਮਣੇ ਤੇ ਬਿੰਦੂ ਦਾ ਦਿਲ ਆਇਆ ਹੋਇਆ ਮੁੰਡਿਆਂ ਤੇ ਲਟਾਲੇ ਵਾਲਾ ਨੋਟਾਂ ਦੀ ਪਰਖਾ ਕਰੀ ਤੁਰੇ ਆਉਂਦਾ ਹੈ ਨੋਟਾਂ ਤੋਂ ਮਹਿੰਗੀ ਜਿੰਦ ਜਾਨ ਕੁੜੇ ਤੇਰੇ ਤੋਂ 12 ਗੇ ਨੋਟਾਂ ਤੋਂ ਮਹਿੰਗੀ ਜਿੰਦ ਜਾਨ ਕੁੜੇ ਨੰਬਰ ਦੇ ਖਿਆਲ ਦੇ ਵਿੱਚ 15 ਜੁੜ ਗਿਆ ਫੱਗੀਆ 15 ਹੋ ਗਏ ਹੈ 15 ਹੋ ਗਏ ਵੀਰੇ 15-13 ਨੇ ਜੀ 15-13 ਮੇਰਾ ਧਿਆਨ ਥੋੜਾ ਫੋਨ ਚ ਸੀ ਦੂਜੇ ਚ ਬਾਈ ਸੈਟਿੰਗ ਜੀ ਕਰੀ ਜਾਂਦਾ ਸੀ ਮੈਂ ਉਹਦੇ ਕਰਕੇ ਸਕੋਰ ਮਿਸ ਹੁੰਦੇ ਸੀ ਹੁਣ ਆਪਾਂ ਜੁੜਦੇ ਆ ਮੈਚ ਨਾਲ ਮੈਂ ਦੂਜੇ ਫੋਨ ਤੇ ਬੀਜੀ ਸੀ ਉਹਦੇ ਕਰਕੇ ਨਹੀਂ ਸਹੀ ਕਾਊਂਟ ਤੇ 15-13 ਹੋ ਗਏ ਬਹੁਤ ਵਧੀਆ ਮੁਕਾਬਲਾ 15-2 ਲੈ ਗਏ ਹੌਕ ਦੇ ਉੱਟੀਆਂ ਦਾ ਹਲੇ ਸਫਰ ਬੜਾ ਵੱਡਾ ਬੱਜਾ ਹੱਲ ਗਿਆ ਚੌਂਟੀ ਹੱਲ ਗਿਆ ਸਹੀ ਆ ਗੱਲ ਬਾਈ ਨੰਬਰ 16 ਪੌਣ ਜੋ ਸ਼ੇਰੂ ਨਹੀਂ ਆਇਆ ਵੀਰੇ ਇਧਰਲੇ ਪਾਸੇ ਜੌਂਟੀਆ ਬਈ ਵਾਲੀਆ ਰਾਇਸਰ ਦਾ ਜੱਸਾ ਕੁੜੀਆਂ ਦੇ ਓਏ ਤੋਪ ਚੱਲ ਗਈ ਮੈਚ ਦੇ ਚੋਟੀ ਦਾ ਖੇਡਿਆ ਜਾ ਰਿਹਾ ਵੀ
लाहौर ते अखा हुंदियां ना जे आन कबाड़ दियां आओ साडे गोरे पौंदे पट्ठे आउट बास 17-13 भांडे मारदियां ਢਾਲ ਮਾਰਦੇ ਨੇ ਗੁਰੀ ਦਾ 500 ਅਗਲਾ ਮੈਚ ਦਿੱਲਾ ਦੌਲਤਪੁਰ ਬੇਧਨਵਾ ਮਹਿਲ ਖੁਰਦ ਤੇ ਚੰਗਲੀ ਵਾਲਾ ਦਾਸ ਇਹਦੇ ਢਾਲ ਦੂਜੇ ਪਾਸੇ ਟੀਮ ਹੁਸਾਰ ਨੰਬਰ ਯੂਪੀ ਦੀ ਰਵੀ ਬਾਦਰਗੜ ਤੇ ਛੋਟੂ ਮਾਜਰਾ ਦੂਜਾ ਸੈਮੀ ਦਿਖਾਵਾਂਗੇ ਬਈ ਆਓ ਸਾਹਮਣੇ 500 ਦਾ ਨੋਟ ਲੱਗਿਆ ਹੈ ਪਰ ਨੰਬਰ ਫੌਜੀਆ 17 ਹੋ ਗਏ ਨੰਬਰ 2 ਦੀ ਖੇਡ ਬਾਕੀ ਹੈ ਆਓ ਸਾਹਮਣੇ ਢਾਲ ਮਾਰਦੇ ਵਾਲਿਆ ਕੀ ਤੋਂ ਕੀ ਬਣ ਗਿਆ ਮੈਨੂੰ ਗੱਲ ਦੀ ਸਮਝ ਨਾ ਆਵੇ ਆਓ ਤਕਲੇ ਨੂੰ ਬਲ ਪੈ ਗਿਆ ਮੈਥੋਂ ਤੰਦ ਨਾ ਭੇਟਿਆ ਜਾਵੇ ਕੀ ਤੋਂ ਕੀ ਬਣ ਗਿਆ ਮੈਨੂੰ ਗੱਲ ਦੀ ਸਮਝ ਨਾ ਆਵੇ ਆਓ ਗੱਲਾਂ ਦੇ ਕਹਿੰਦੇ ਹੋਰ ਬਣ ਗਈਆਂ ਨਾਲ ਹੀ ਬੇਨਤੀ ਆ ਜੀ ਸਹਾਰਨਪੁਰ ਯੂਪੀ ਦੀ ਟੀਮ ਦੇ ਦਿੱਲਾ ਦੌਲਤਪੁਰ ਵਾਲੇ ਮੁੰਡੇ ਵੀਰੇ ਨੇੜੇ ਆ ਜਾਣ ਸਹਾਰਨਪੁਰ ਯੂਪੀ ਦੀ ਟੀਮ ਦੇ ਦਿੱਲਾ ਦੌਲਤਪੁਰ ਇਹ ਟੀਮਾਂ ਦੇ ਖਿਡਾਰੀ ਵੀਰ ਕਿਰਪਾ ਕਰਕੇ ਨੇੜੇ ਆਓ ਜੀ ਅਗਲੇ ਮੈਚ ਲਈ ਇਹ ਸਾਹਮਣੇ ਸਵਾਲ ਵੱਖਰਾ ਇਧਰ 17 ਹੋ ਗਿਆ ਠੀਕ ਆ ਠੀਕ ਆ ਅਰਸ ਬਾਈ 13 ਦੇ ਚੱਕੇ ਚਾਨ ਕਰੇ ਪਏ ਮੁੰਡਿਆਂ ਨੇ ਰਵੀ ਅੱਕਿਆ ਹੋਇਆ ਬਹੁਤ ਆ ਮੈਨੂੰ ਅੱਜ ਦੇਖੋ ਬਣਦਾ ਕੀ ਹੈ ਲਾਸਟ ਆ ਜਾਣਾ ਆਓ ਆਓ ਸਾਹਮਣੇ कला बड़िया खेड मैदान बड़ा मैच बल्ले 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 कलाले आला इन्हू लड्डू कहती दुनिया सहारनपुर यूपी दिल्ला दौलतपुर दूजे सैमी दे लई मुंडे नेड़े आ गई है बुरी धौल मार रही है इलाके का मेला है वापसी कर गया गुरी ਡਿਊਟੀ ਲਵਾਉਣੀ